ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰਤ ਨਾ ਟੀਵੀ 84 ਦੇ ਸਾਰੇ ਦਸ਼ਕਾਂ ਦੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀਆਂ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨਿਰ ਫਿਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਜਨਾਈ ਤਰ੍ਹਾਂ ਸਟੂਡੀਓ ਵਿੱਚ ਮਿਲਣਾ ਸ਼ਾਮਿਲ ਨੇ ਆਉਣ ਅਮਰ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਆਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਰਗਾ ਸਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚਾ ਬਹੁਤ ਸ਼ੁਕਰੀਆ ਜੀਰਾ ਸਾਹਿਬ ਅੱਜ 8 ਮਈ 2018 25 ਵਿਸਾਖ ਨਾਨਕਸ਼ਹੀ ਸੰਮਤ 550 ਦਾ ਦਿਨ ਹੈ ਤੇ ਰਾਦਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸੁਰੋਤਿਆਂ ਹਮੇਸ਼ਾ ਦੱਸਿਆ ਸਿਰਫ ਯੂਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸ਼ਿਨ ਕੇਬਲ ਗਲਫਰ ਕੇਬਲ ਇਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁਕ ਗਲੋਬਲ ਸੀਪੀ ਦੀ ਐਪ ਲੈਣ ਟੀਵੀ 84 ਦੀ ਐਪ ਲੈਣ ਆਨਲਾਈਨ ਸਟ੍ਰੀਮਿੰਗ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਫੀਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚਾ ਸੱਚ ਨਾਲ ਫੇਸਬੁੱਕ ਨਾਲ ਜੁੜੇ ਹੋ ਤਾਂ ਇਸ ਨੂੰ ਵਾਤ ਤੇ ਲਾਈਕ ਕਰੋ ਤੇ ਸ਼ੇਅਰ ਕਰੋ ਸ਼ੁਕਰੀਆ ਮਿਹਰਬਾਨੀ ਜੀਰਾ ਸਾਹਿਬ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਅੱਜ ਦੇ ਪਹਿਲੇ ਸ਼ੂਦ ਨਾਲ ਜੀਰਾ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅ ਦੇਖੋ ਅੱਜ ਜਿਹੜੀ ਖਬਰ ਦਾ ਡਰ ਸੀ ਲੰਬੇ ਵਕਤ ਤੋਂ ਪਰ ਪਿਛਲੇ ਕਈ ਹਫ਼ਤਿਆਂ ਤੋਂ ਇਸ ਦੇ ਉੱਤੇ ਇੱਕ ਅਨਸਰਟੈਂਟੀ ਸੀ ਫਰਾਂਸ ਦੇ ਪ੍ਰੈਜ਼ੀਡੈਂਟ ਵਾਸ਼ਿੰਗਟਨ ਡੀਸੀ ਆ ਕੇ ਗਏ ਇੰਗਲੈਂਡ ਦੇ ਸਪੈਸ਼ਲ ਜਿਹੜੇ ਨੇ ਮਿਸ਼ਨ ਦੇ ਉੱਤੇ ਜਿਹੜੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਸੀ ਆਏ ਜੀ ਕਿਉਂਕਿ ਇੱਕ ਪਾਰਟ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਆਪਣੇ ਚੋਣ ਮੁਹਿੰਮ ਦੇ ਵਿੱਚ ਸਪਸ਼ਟ ਕੀਤਾ ਸੀ ਜਿਨ੍ਹਾਂ ਦੇ ਵਿੱਚ ਇੱਕ ਤਾਂ ਜ਼ਾਹਰ ਹੈ ਕਿ ਜਿਹੜਾ ਇਮੀਗ੍ਰੇਸ਼ਨ ਨਾਲ ਰਿਲੇਟਡ ਸੀ ਜਿਸ ਨੂੰ ਅੱਜ ਤੱਕ ਵੀ ਨਾ ਸਿਰਫ ਇਸਲਾਮਿਕ ਕੰਟਰੀਜ਼ ਬਲਕਿ ਜਿਵੇਂ H14 ਵੀਜ਼ੇ ਦਾ ਮੁੱਦਾ ਹੈ ਔਰ ਜੇ ਉਸ ਨੂੰ ਖਤਮ ਕੀਤਾ ਜਾਂਦਾ ਹੈ ਜਿਹੜਾ ਡਿਪੈਂਡੈਂਟ ਨੇ H1B ਤੇ 1 ਲੱਖ ਦੇ ਕਰੀਬ ਲੋਕ ਪ੍ਰਭਾਵਿਤ ਹੁੰਦੇ ਨੇ ਜਿਨ੍ਹਾਂ ਚੋਂ ਲਗਭਗ 70 ਹਜ਼ਾਰ ਇੰਡੀਅਨ ਨੇ ਔਰ ਬਹੁਤ ਸਾਰੇ ਆਈਟੀ ਸੈਕਟਰ ਨਾਲ ਸੰਬੰਧਿਤ ਨੇ ਜੀ ਇੱਕ ਜਿਹੜਾ ਚੋਣ ਮਹੀਮ ਦੇ ਦੌਰਾਨ ਕਿਉਂਕਿ ਕੁੱਲ ਮਿਲਾ ਕੇ ਜਿਹੜੀ ਸਾਰੀ ਮਹੀਮ ਸੀ ਉਸ ਦੇ ਵਿੱਚ ਇਸਲਾਮੋਫੋਬੀਆ ਸੀ ਮੁਸਲਮਾਨਾਂ ਦੇ ਖਿਲਾਫ ਇਸਲਾਮ ਦੇ ਖਿਲਾਫ ਉਸ ਦੀ ਸਰ ਸੀ ਜ਼ੀਨੋਫੋਬੀਆ ਸੀ ਬਾਰਲੇ ਸਾਰੇ ਲੋਕਾਂ ਨੂੰ ਜੋ ਅਮਰੀਕਾ ਦੀ ਮਾੜੀ ਹਾਲਤ ਹੈ ਉਸ ਦੇ ਲਈ ਦੋਸ਼ੀ ਦੱਸਣਾ ਜੀ ਔਰ ਉਸ ਜ਼ੀਨੋਫੋਬੀਆ ਦੇ ਵਿੱਚ ਉਹ ਸਾਊਥ ਅਮਰੀਕਨ ਹੋਣ ਭਾਵੇਂ ਉਹ ਕੈਥੋਲਿਕ ईसाई ਨੇ ਮੈਕਸੀਕੋ ਦੇ ਨਾਲ ਕੰਧ ਬਣਾਉਣ ਦੀ ਗੱਲ ਕਿਉਂਕਿ ਟਰੰਪ ਦੇ ਉਸ ਸਾਰੇ ਕਹਿਣ ਮੁਤਾਬਕ ਜਿਹੜੇ ਨੇ ਕ੍ਰਿਮੀਨਲ ਨੇ ਔਰ ਰੇਪਿਸਟ ਨੇ ਔਰ ਜੋ ਕੁਝ ਗਲਤ ਹੋ ਰਿਹਾ ਉਸ ਤੇ ਲਈ ਇਹ ਬਾਹਰੋਂ ਆਣ ਵਾਲੇ ਲੋਕ ਜ਼ਿੰਮੇਵਾਰ ਨੇ ਜੀ ਔਰ ਜ਼ਾਹਰ ਹੈ ਕਿ ਇੱਕ ਪਾਰਟ ਮਿਡਲ ਈਸਟ ਦੇ ਵਿੱਚ ਫਲਸਤੀਨੀਆ ਨੂੰ ਦੂਸਰਿਆਂ ਨੂੰ ਨਕਾਰਨਾ ਪ੍ਰੋ ਇਜ਼ਰਾਈਲ ਲਾਈਨ ਜੀ ਔਰ ਜੇ ਅਸੀਂ ਦੇਖੀਏ ਤਾਂ ਇੱਕ ਸਾਲ ਕੰਪਲੀਟ ਹੋਣ ਤੋਂ ਬਾਅਦ ਇਹਨਾਂ ਸਾਰੇ ਫਰੰਟਸ ਦੇ ਉੱਤੇ ਟਰੰਪ ਨੇ ਇਹਦੇ باوجود ਕਿ ਬਹੁਤ ਸਾਰੇ ਜਿਹੜੇ ਸੀਨੀਅਰ ਐਲੀਮੈਂਟ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਅਮਰੀਕਾ ਚ ਵਿਦਨ ਰਿਪਬਲਿਕਨ ਪਾਰਟੀ ਵੀ ਜਿਹੜੇ ਸਮਝਦੇ ਨੇ ਕਿ ਜਦੋਂ ਕੋਈ ਇਵਨ ਚੇਂਜ ਆਫ ਰਜਿਮ ਹੁੰਦਾ ਹੈ ਗਵਰਨਮੈਂਟ ਬਦਲਦੀ ਹੈ ਤੇ ਜ਼ਰੂਰੀ ਨਹੀਂ ਹੈ ਕਿ ਵੀ ਹਰ ਚੀਜ਼ ਨੂੰ ਤੁਸੀਂ ਬਦਲ ਦੇਣਾ ਹੁੰਦਾ ਹੈ ਜੀ ਕੁਝ ਚੀਜ਼ਾਂ ਤੁਹਾਡਾ ਕੈਂਪੇਨ ਦਾ ਹਿੱਸਾ ਤਾਂ ਹੁੰਦੀਆਂ ਨੇ ਪਰ ਜਦੋਂ ਤੁਸੀਂ ਵਾਈਟ ਹਾਊਸ ਚ ਪ੍ਰੈਜ਼ੀਡੈਂਟ ਦੀ ਕੁਰਸੀ ਤੇ ਬਹਨਦੇ ਹੋ ਫਿਰ ਤੁਸੀਂ ਦੇਸ਼ ਦੇ ਹਿੱਤ ਦੇਖਦੇ ਹੋ ਔਰ ਇਸ ਕਿਸਮ ਦੀ ਕੋਈ ਕਨਵੈਨਸ਼ਨ ਨਹੀਂ ਹੈ ਅਮਰੀਕਾ ਦੇ ਵਿੱਚ ਕਿ ਵੀ ਕਿਸੇ ਰਿਪਬਲਿਕਨ ਨੇ ਆ ਕੇ ਪਹਿਲਾਂ ਕੀ ਆ ਹੋਏ ਇਜਾ ਜਿਹੜਾ ਡੈਮੋਕਰੈਟਿਕ ਪ੍ਰੈਜ਼ੀਡੈਂਟ ਪਹਿਲਾ ਰਿਹਾ ਉਹਦੀਆਂ ਸਾਰੀਆਂ ਨੀਤੀਆਂ ਬਦਲ ਦੇਣੀਆਂ ਜਾਂ ਕਿਸੇ ਡੈਮੋਕਰੈਟਿਕ ਪ੍ਰੈਜ਼ੀਡੈਂਟ ਨੇ ਆ ਕੇ ਕਿਆ ਹੋਏ ਕਿ ਜੀ ਮੈਂ ਜਿਹੜਾ ਮੇਰਾ ਪ੍ਰੀਡੈਸੈਸਰ ਸੀ ਮੇਰੇ ਤੋਂ ਪਹਿਲਾਂ ਸੀ ਉਸ ਦੀਆਂ ਮੈਂ ਸਾਰੀਆਂ ਨੀਤੀਆਂ ਬਦਲ ਦੇਣੀਆਂ ਜੀ ਲੇਕਿਨ ਜਿਵੇਂ ਅੱਜ ਹੀ ਸਾਡੇ ਆਫਿਸ ਦੇ ਵਿੱਚ ਇੱਕ ਵਿਚਾਰਵਾਨ ਸੱਜਣ ਆਏ ਔਰ ਇਹ ਫੈਸਲੇ ਦੇ ਉੱਤੇ ਕਿ ਕਿਵੇਂ ਈਰਾਨ ਦੇ ਨਾਲ ਜਿਹੜੀ ਨਿਊਕਲੀਅਰ ਡੀਲ ਜਿਹੜੀ ਲਗਭਗ 10 ਸਾਲ ਦੀ ਮਿਹਨਤ ਤੋਂ ਬਾਅਦ ਬੇਸ਼ੱਕ ਉਹ ਜੁਲਾਈ 2015 ਦੇ ਵਿੱਚ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਫਾਈਨਲ ਹੋਈ ਪਰ ਇਸ ਚ ਕੋਈ ਸ਼ੱਕ ਨਹੀਂ ਹੈ ਕਿ ਉਸ ਤੇ ਲਈ ਕਾਫੀ ਦੇਰ ਤੋਂ ਕੰਮ ਹੋ ਰਿਹਾ ਸੀ ਔਰ ਉਹਦੇ ਚ ਕਾਫੀ ਵੱਡਾ ਰੋਲ ਯੂਨਾਈਟਿਡ ਨੇਸ਼ਨਸ ਦਾ ਜਿਨ੍ਹਾਂ ਦੀ ਇੰਟਰਨੈਸ਼ਨਲ ਐਟੋਮਿਕ એનર્ਜੀ ਏਜੰਸੀ ਜਿਹੜੀ ਲਗਭਗ 10 ਸਾਲ ਉਸ ਨੇਗੋਸ਼ੀਏਸ਼ਨ ਦੇ ਵਿੱਚ ਰਹੀ ਈਰਾਨ ਦੇ ਨਾਲ ਜੀ ਯੂਰੋਪੀਅਨ ਯੂਨੀਅਨ ਔਰ ਇਹ ਜਿਹੜੀ ਜਿਹੜਾ ਫਾਈਨਲ ਐਗਰੀਮੈਂਟ ਈਰਾਨ ਦੇ ਨਾਲ ਜੁਲਾਈ 2015 ਚ ਹੋਇਆ ਜਿਸ ਨੂੰ JCPOA ਕਹਿੰਦੇ ਨੇ ਜਿਸ ਦਾ ਫੁੱਲ ਫਾਰਮ ਹੈ ਜੁਆਇੰਟ ਕੰਪ੍ਰੀਹੈਂਸਿਵ ਪਲਾਨ ਆਫ ਐਕਸ਼ਨ ਜੀ ਸੋ ਇਹ ਜਿਹੜੀ ਜੁਆਇੰਟ ਕੰਪ੍ਰੀਹੈਂਸਿਵ ਪਲਾਨ ਆਫ ਐਕਸ਼ਨ ਹੈ ਇਹਦੇ ਪਿੱਛੇ 10 ਸਾਲ ਦੀ ਨੇਗੋਸ਼ੀਏਸ਼ਨ ਯੂਨਾਈਟਿਡ ਨੇਸ਼ਨਸ ਦੇ ਇਨਸਪੈਕਟਰਸ ਦਾ ਉਹਨਾਂ ਦੀ ਐਟੋਮਿਕ એનર્ਜੀ ਏਜੰਸੀ ਨਾਲ ਸੰਬੰਧਿਤ ਲੋਕਾਂ ਦੀ ਹੰਡਰਡਜ਼ ਵਿਜ਼ਿਟਸ ਜੀ ਈਰਾਨ ਦੇ ਡਿਫਰੈਂਟ ਸਾਈਡਸ ਦੇ ਉੱਤੇ ਔਰ ਇਸ ਦੇ ਨਾਲ ਯੂਰੋਪੀਅਨ ਯੂਨੀਅਨ ਦਾ ਬਹੁਤ ਵੱਡਾ ਜਿਹੜਾ ਇਸ ਦੇ ਵਿੱਚ ਯੋਗਦਾਨ ਰਿਹਾ ਔਰ ਇਸ ਐਗਰੀਮੈਂਟ ਨੂੰ ਜਿਹੜਾ ਜੀਸੀਪਓਏ ਵੀ ਸਾਈਨ ਕੀਤਾ ਇਹਦੇ ਵਿੱਚ ਸਕਿਉਰਿਟੀ ਕੌਂਸਲ ਦੇ ਪੰਜ ਮੈਂਬਰਸ ਸਨ ਜਿਨ੍ਹਾਂ ਦੇ ਵਿੱਚ ਕਿਉਂਕਿ ਓਬਾਮਾ ਐਡਮਿਨਿਸਟ੍ਰੇਸ਼ਨ ਵੇਲੇ ਓਬਾਮਾ ਦੇ ਐਡਮਿਨਿਸਟ੍ਰੇਸ਼ਨ ਵੇਲੇ ਹੋਇਆ ਫਿਰ ਉਸ ਦੇ ਨਾਲ ਰਸ਼ੀਆ ਚਾਈਨਾ ਫਰਾਂਸ ਇੰਗਲੈਂਡ ਇਹ ਪੰਜੋ ਹੀ ਜਿਹੜੇ ਸਕਿਉਰਿਟੀ ਕੌਂਸਲ ਦੇ ਮੈਂਬਰ ਸੀ ਇਹਨਾਂ ਨੇ ਇਸ ਦੇ ਉੱਤੇ ਕਮਿਟਮੈਂਟ ਔਰ ਦੂਸਰਾ ਦਿੱਤਾ ਹੈ ਔਰ ਇਸ ਦੇ ਨਾਲ ਅਸੀਂ ਦੇਖਦੇ ਹਾਂ ਜਰਮਨੀ ਬਿਸ਼ੱਕ ਇਸ ਲਈ ਉਹਨੂੰ 5+1 ਦਾ ਐਗਰੀਮੈਂਟ ਕਹਿੰਦੇ ਨੇ ਔਰ ਇਸ ਨੂੰ ਦੁਨੀਆ ਭਰ ਦੇ ਵਿੱਚ ਜਿਹੜਾ ਹੈ ਉਹ ਖੇਲ ਕੀਤਾ ਗਿਆ ਸੀ ਇਸ ਦੇ ਉੱਤੇ ਬੜੀ ਸਾਈ ਆਫ ਰੈਲੀਫ ਸੀ ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਵੀ ਕਿਹੜੀਆਂ ਕਿਹੜੀਆਂ ਥਾਵਾਂ ਇਫੈਕਟਿਵ ਜਾਂ ਇਫੈਕਟਡ ਹੁੰਦੀਆਂ ਨੇ ਕਿਸੇ ਸਿਚੁਏਸ਼ਨਜ਼ ਜ਼ਾਹਰ ਹੈ ਕਿ ਪ੍ਰੈਜ਼ੀਡੈਂਟ ਕਲਿੰਟਨ ਵੀ ਓਬਾਮਾ ਤੋਂ ਪਹਿਲਾਂ ਜਦੋਂ ਅਸੀਂ ਦੇਖਦੇ ਹਾਂ ਬੁਸ਼ ਸੀ ਬੁਸ਼ ਤੋਂ ਪਹਿਲਾਂ ਕਲਿੰਟਨ ਈਰਾ ਵੀੜੇ ਵੀ ਜਿਹੜੇ ਕੁਝ ਫਲੈਸ਼ ਪੁਆਇੰਟਸ ਸੀ ਜੀ ਉਹਨਾਂ ਦੇ ਵਿੱਚ ਜ਼ਾਹਰ ਹੈ ਕਸ਼ਮੀਰ ਦਾ ਜ਼ਿਕਰ ਹੁੰਦਾ ਸੀ ਮਿਡਲ ਈਸਟ ਫਲਸਤੀਨ ਸੀ ਔਰ ਈਰਾਨ ਦੇ ਨਾਲ ਜਿਹੜੀ ਅਮਰੀਕਾ ਦੀ ਰਿਲੇਸ਼ਨਸ਼ਿਪ ਰਹੀ ਔਰ ਫਿਰ ਕਿਉਂਕਿ ਅਮਰੀਕਾ ਨੇ ਸੈਂਕਸ਼ਨਸ ਲਾਈਆਂ ਈਰਾਨ ਦੀ ਆਪਣੀ ਹਿਸਟਰੀ ਹੈ ਜਿਸ ਦੇ ਥੱਲੇ ਕਿਸੇ ਵੇਲੇ ਇਹੀ ਈਰਾਨ ਜਿਹੜਾ ਕਿ ਉਹ ਸਾਰੇ ਖਿੱਤੇ ਦੇ ਵਿੱਚ ਜਿਹੜਾ ਉਹ ਪ੍ਰੋ-ਵੈਸਟ ਹੁੰਦਾ ਸੀ ਸ਼ਾਹ ਫੀਰਾਨ ਦੇ ਵੇਲੇ ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਸੋਵੀਅਤ ਯੂਨੀਅਨ ਦਾ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਦੁਨੀਆ ਦੇ ਵਿੱਚ ਕੋਲਡ ਵਾਰ ਈਰਾ ਸ਼ੁਰੂ ਹੋਇਆ ਸ਼ੀਤ ਯੁੱਗ ਜਿਸ ਨੂੰ ਕਹਿੰਦੇ ਨੇ ਜੀ ਔਰ ਉਸ ਦੇ ਵਿੱਚ ਦੁਨੀਆ ਦਾ ਇੱਕ ਵੱਡਾ ਹਿੱਸਾ ਸੋਵੀਅਤ ਯੂਨੀਅਨ ਦੇ ਪ੍ਰਭਾਵ ਥੱਲੇ ਸੀ ਜਿਨਾਂ ਵਿੱਚ ਭਾਰਤ ਵੀ ਸ਼ਾਮਲ ਸੀ ਨਹਿਰੂ ਨੇ ਥੋੜਾ ਜਿਹਾ ਨਾਨ ਅਲਾਈਨਮੈਂਟ ਰੱਖਣ ਦੀ ਕੋਸ਼ਿਸ਼ ਕੀਤੀ ਤੇ ਇੰਦਰਾ ਗਾਂਧੀ ਤਾਂ ਜਿਹੜੀ ਹੈ ਖੁੱਲ ਕੇ ਉਹ ਸੋਵੀਅਤ ਬਲੌਕ ਚ ਆ ਗਈ ਸੀ। ਉਹ ਇਹੀ ਕਾਰਨ ਹੈ ਕਿ ਜੇ ਅਸੀਂ ਯੂਨਾਈਟਿਡ ਨੇਸ਼ਨਸ ਦਾ ਰਿਕਾਰਡ ਚੈੱਕ ਕਰੀਏ ਤੇ ਇੰਡੀਆ ਨੇ ਯੂਨਾਈਟਿਡ ਸਟੇਟਸ ਦੇ ਖਿਲਾਫ ਜ਼ਿਆਦਾ ਵਾਰ ਵੋਟ ਕੀਤਾ ਹੈ ਯੂਨ ਚ ਦੈਨ ਸੋਵੀਅਤ ਯੂਨੀਅਨ ਇਟਸੈਲਫ। ਜੀ। ਸੋ ਉਸ ਦੌਰ ਦੇ ਵਿੱਚ ਜਿਹੜਾ ਈਰਾਨ ਹੈ ਉਹ ਵੈਸਟਰਨ ਪਾਵਰਸ ਦਾ ਇੱਕ ਬਹੁਤ ਵੱਡਾ ਜਿਹੜਾ ਫਰੰਟ ਸੀ ਕਿਉਂਕਿ ਈਰਾਨ ਜਿਸ ਦੇ ਵਿੱਚ ਜਿਹੜਾ ਤੇਲ ਉਹਨਾਂ ਦੇ ਕੋਲ ਹੈ ਔਰ ਜਦੋਂ ਅਸੀਂ ਦੇਖਦੇ ਹਾਂ ਕਿ ਉਹ ਸਾਊਦੀ ਅਰੇਬੀਆ ਰਸ਼ੀਆ ਔਰ ਇਹਨਾਂ ਸਾਰਿਆਂ ਦੀ ਉਸ ਕਤਾਰ ਦੇ ਵਿੱਚ ਹੈ ਈਰਾਨ ਔਰ ਦੁਨੀਆ 'ਚ ਇੰਡਸਟਰੀਅਲ ਰੈਵੋਲੂਸ਼ਨ ਪਾਵੇਂ 18ਵੀਂ ਸਦੀ ਚ ਆਂਦੇ ਪਰ ਅਸੀਂ 20ਵੀਂ ਸਦੀ ਚ ਦੇਖਦੇ ਹਾਂ ਵੀ ਕਿਸ ਕਿਸਮ ਦਾ ਤੇਲ ਹੰਗਰ ਰਹੀ ਹੈ ਕਿਉਂਕਿ ਜਿਉਂ-ਜਿਉਂ ਵਿਕਾਸ ਦਾ ਮਤਲਬ ਇੰਡਸਟਰੀਅਲਾਈਜੇਸ਼ਨ ਹੈ ਇੰਡਸਟਰੀਅਲਾਈਜੇਸ਼ਨ ਦਾ ਮਤਲਬ ਫਿਊਲ ਹੈ ਔਰ ਇਹੀ ਰੀਜ਼ਨ ਸੀ ਕਿ ਜਦੋਂ ਸੈਕੰਡ ਵਰਲਡ ਵਾਰ ਤੋਂ ਬਾਅਦ ਅਪੋ ਆਪਣੀਆਂ ਡੈਸਟੀਨੇਸ਼ਨਸ اور ਸੋਵੀਅਤ ਯੂਨੀਅਨ اور ਅਮਰੀਕਾ ਪਾਵਰਸ ਦੇ ਤੌਰ ਤੇ ਉਭਰੇ ਸੋ ਅਮਰੀਕਾ ਨੇ ਇੱਕ ਪਾਸੇ ਸਾਊਦੀ ਅਰੇਬੀਆ ਹਾਲਾਂਕਿ ਇੱਕ ਪਾਸੇ ਕਹਿਣ ਨੂੰ ਇਹ ਡੈਮੋਕਰੇਸੀ ਦੀ ਗੱਲ ਕਰਦੇ ਨੇ ਬਟ ਸਾਊਦੀ ਅਰੇਬੀਆ ਨਾਲ ਅਲਾਈਅੰਸ ਉਹਨਾਂ ਦੀਆਂ ਈਵਨ ਗਲਤ ਨੀਤੀਆਂ ਨੂੰ ਵੀ ਸਪੋਰਟ ਕਰਨਾ ਇਸੇ ਲਈ ਸੀ ਜੀ ਕਿ ਉਹਨਾਂ ਦੇ ਕੋਲ ਆਇਲ ਸੀ ਹਾਲਾਂਕਿ ਇਜ਼ਰਾਈਲ ਨੂੰ ਵੀ ਖੜਾ ਰੱਖਿਆ ਤਾਂ ਕਿ ਬਾਕੀਆਂ ਨੂੰ ਜਿਹੜਾ ਕੁੱਟਣ ਦੇ ਲਈ ਜਿਨ੍ਹਾਂ ਦੇ ਵਿੱਚ ਜੋ ਕੁਝ ਫਿਰ ਜਿਹੜੀ ਉਹਨਾਂ ਦੀ ਵਿਦ ਅਰਬਸ ਜਿਹੜੀਆਂ ਵਾਰਸ ਹੋਈਆਂ ਉਹ ਜਾਰਡਨ ਨੇ ਕਿਵੇਂ ਸਫਰ ਕੀਤਾ ਹੈ ਸੀਰੀਆ ਨੇ ਕਿਵੇਂ ਕੀਤਾ ਹੈ ਇਜੀਪਟ ਨੇ ਕਿਵੇਂ ਕੀਤਾ ਹੈ ਪਰ ਬਾਈ ਐਂਡ ਲਾਰਜ ਸਾਊਦੀ ਅਰੇਬੀਆ ਜਿਹੜਾ ਭਾਵੇਂ ਉਹਨੇ ਕਦੇ ਇਜ਼ਰਾਈਲ ਨੂੰ ਰੈਕਗਨਾਈਜ਼ ਨਹੀਂ ਕੀਤਾ ਹੈ ਪਰ ਕਿਉਂਕਿ ਅਮਰੀਕਨ ਜਿਹੜੀ ਹੈ ਉਹ ਇਨਫਲੂਐਂਸ ਲਾਈਨ ਹੋਣ ਕਰਕੇ ਉਹ ਮਹਿਫੂਜ਼ ਰਿਹਾ ਔਰ ਉਹਨੇ ਵੀ ਕਦੇ ਬਹੁਤ ਆਊਟ ਆਫ ਦਾ ਵੇਜ ਆ ਕੇ ਨਹੀਂ ਕੀਤਾ ਲੇਕਿਨ ਦੂਸਰੇ ਪਾਸੇ ਕਿਉਂਕਿ ਪਰਸ਼ੀਆ ਦੇ ਵਿੱਚ ਜਦੋਂ ਅਸੀਂ ਵਰਜਨ ਕਹਿੰਦੇ ਆ ਔਰ ਇਹ ਸਾਰਾ ਗੇਟਵੇ ਸੀ ਰਾਨ ਇਨਾ ਵੱਡਾ ਆਇਲ ਦਾ ਸੋਰਸ ਔਰ ਉੱਥੇ ਲਗਭਗ 250 ਸਾਲ ਤੋਂ ਜਿਹੜਾ ਸਿਸਟਮ ਜਿਹੜਾ ਰਜ਼ਾ ਪਹਿਲਵੀ ਤੋਂ ਦੇ ਨਾਲ ਐਂਡ ਹੋਇਆ ਔਰ ਇਹ ਸ਼ਾਹ ਫਿਰਾਨ ਦਾ ਸਿਸਟਮ ਸੀ ਸਾਰੇ ਸ਼ਾਹ ਇਹਨਾਂ ਦੇ ਸਟੂਟ ਸੀ ਔਰ ਇਹ ਉਹ ਪੀਰੀਅਡ ਸੀ ਜਦੋਂ ਕਿ ਇੱਕ ਪਾਸੇ ਤਾਂ ਇੰਡੀਆ ਜਾਂ ਦੂਸਰੀਆਂ ਥਾਵਾਂ ਦੇ ਉੱਤੇ ਉਹ ਬਿਲਕੁਲ ਸੋਵੀਅਤ ਯੂਨੀਅਨ ਦੇ ਵਿੱਚ ਜਾ ਰਹੇ ਸੀ ਔਰ ਈਰਾਨ ਦੇ ਵਿੱਚ ਜਿਹੜੀ ਇੱਕ ਨਵੀਂ ਕਿਉਂਕਿ ਸ਼ਾਹ ਫੀਰਾਨ ਰਿਪਰੈਸਿਵ ਰਜਾਈਮ ਸੀ ਤੇਲ ਦੀਆਂ ਕੀਮਤਾਂ ਉਵੇਂ ਹੀ ਰੱਖੀਆਂ ਹੋਈਆਂ ਸੀ ਜਿਵੇਂ ਇਹਨਾਂ ਨੂੰ ਸੂਟ ਕਰਦਾ ਸੀ ਹਾਲਾਂ 50s ਦੇ ਵਿੱਚ ਇੱਕ ਚੇਂਜ ਈਰਾਨ ਦੇ ਵਿੱਚ ਆਈ ਮੁਸੱਦਕ ਉਹਨਾਂ ਦਾ ਬਣਿਆ ਉਹ ਲੈਫਟਿਸਟ ਸੀ ਕਮਿਊਨਿਸਟ ਲੇਕਨ ਇਵੈਂਚੁਅਲੀ ਅਮਰੀਕਨ ਔਰ ਬ੍ਰਿਟਿਸ਼ ਇਨਫਲੂਐਂਸ ਨੇ ਉਹਨੂੰ ਚੱਲਦਾ ਕਰ ਦਿੱਤਾ ਔਰ ਉਸ ਪੀਰੀਅਡ ਫਿਰ ਆਇਤੁੱਲਾ ਖਮੀਨੀ ਜਿਹੜਾ ਹੈ ਉਹ ਮੁਲਕ ਛੱਡ ਕੇ ਜਿਹੜਾ ਕਿ ਬਾਹਰ ਨਿਕਲੇ 18 ਸਾਲ ਉਹ ਰਿਹਾ ਪੈਰਿਸ ਦੇ ਵਿੱਚ ਫਰਾਂਸ ਦੂਸਰੀਆਂ ਇੰਡਸਟਰੀਆਂ ਥਾਵਾਂ ਤੇ ਉਹਨੇ ਉੱਥੇ ਬੈਠਿਆ ਲੋਕਾਂ ਦੇ ਵਿੱਚ ਔਰ ਸ਼ਾਹ ਫੀਰਾਨ ਔਰ ਉਹਨਾਂ ਦਾ ਇਨਾ ਖੌਫ ਸੀ ਉਹਨਾਂ ਦੀ ਸਿਕਰਟ ਪੁਲਿਸ ਦਾ ਵਿਦਨ ਦਾ ਕੰਟਰੀ ਕੋਈ ਟਾਈਪਰਾਈਟਰ ਤੱਕ ਨਹੀਂ ਸੀ ਰੱਖ ਸਕਦਾ ਕੋਈ ਰਜਿਮ ਦੇ ਖਿਲਾਫ ਬੋਲ ਨਹੀਂ ਸੀ ਸਕਦਾ ਪਰ ਕਿਉਂਕਿ ਅਮਰੀਕਨ ਵਿੰਗਸ ਦੇ ਥੱਲੇ ਸੀ ਵੈਸਟਰਨ ਪਾਵਰਸ ਦੇ ਵਿੰਗਸ ਥੱਲੇ ਸੀ ਇਹਨਾਂ ਦਾ ਇੰਟਰਸਟ ਸਰਵ ਹੁੰਦੇ ਸੀ ਸੋ ਉੱਥੇ ਉਹਨਾਂ ਨੂੰ ਉਹਦਾ ਸ਼ਾਹ ਫੀਰਾਨ ਦਾ ਰਿਪਰੈਸ਼ਨ ਨਹੀਂ ਸੀ ਨਜ਼ਰ ਆਉਂਦਾ ਉਹਨੂੰ ਐਡਵਾਂਸਡ ਔਰ ਡੈਮੋਕਰੈਟਿਕ ਔਰ ਜਿਹਦੇ ਨਾਲ ਜੋ ਮਰਜੀ ਜਿਹਨੂੰ ਮਰਜੀ ਲੇਬਲ ਆ ਦੇਣ ਜਿਵੇਂ ਸਾਊਦੀ ਅਰੇਬੀਆ ਨੂੰ ਰੱਖਿਆ ਹੋਇਆ ਜੀ ਸੋ ਆਇਤੁੱਲਾ ਖਮੀਨੀ ਨੇ ਫਿਰ ਜਿਵੇਂ ਬਾਅਰ ਬੈ ਕੇ ਚੇਂਜ ਕੀਤੀ 1979 ਜਿਹਨੂੰ ਈਰਾਨ ਦੇ ਲੋਕ ਇਰਾਨੀਅਨ ਰੈਵੋਲੂਸ਼ਨ ਕਹਿੰਦੇ ਨੇ ਔਰ ਵੈਸਟ ਦੇ ਵਿੱਚ ਉਹਨੂੰ ਇੱਕ ਰਿਪਰੈਸਿਵ ਰਜਿਮ ਖਮੀਨੀ ਦੀ ਜਿਹਦਾ ਟੇਕਓਵਰ ਕਰਨਾ ਹੁੰਦਾ ਔਰ ਉਹਦੇ ਚ ਜ਼ਾਹਰ ਹੈ ਕਿ ਵੀ ਜਿਹੜਾ ਜਿਹੜਾ ਆਇਤੋਲਾ ਖਮੀਨੀ ਦਾ ਰੈਵੋਲੂਸ਼ਨ ਸੀ ਜਾਂ ਤਬਦੀਲੀ ਸੀ ਉਹਦੇ ਥੱਲੇ ਸ਼ਾਹ ਫੀਰਾਨ ਜਾਂ ਦੂਸਰਾ ਉਹ ਤਾਂ ਉਹਨਾਂ ਦੀ ਮੋਨਾਰਕੀ ਜਾਂ ਡਾਇਨੇਸਟੀ ਖਤਮ ਹੋਈ ਹੋਈ ਜੀ ਪਰ ਨਾਲ ਦੇ ਨਾਲ ਅਮਰੀਕਨ ਔਰ ਵੈਸਟਰਨ ਪਾਵਰਸ ਦਾ ਜਿਹੜਾ ਇਨਫਲੂਐਂਸ ਸੀ ਉਹ ਵੀ ਖਤਮ ਹੋਇਆ ਔਰ ਖਮੀਨੀ ਨੇ ਇੱਕੋ ਵੇੜੀ ਜਿਹੜਾ ਹੈ ਅਮਰੀਕਾ ਔਰ ਰੂਸ ਦੋਨਾਂ ਦੇ ਨਾਲ ਆੜਾ ਲੈ ਲਿਆ ਔਰ ਉਹਦੀ ਜਿਹੜੀ ਟਰਮੀਨੋਲੋਜੀ ਸੀ ਉਹ ਅਮਰੀਕਾ ਨੂੰ ਕਹਿੰਦਾ ਸੀ ਇਹ ਵੱਡਾ ਸ਼ੈਤਾਨ ਹੈ ਤੇ ਰਸ਼ੀਆ ਨੂੰ ਕਹਿੰਦਾ ਸੀ ਛੋਟਾ ਸ਼ੈਤਾਨ ਹੈ لیکن ਉਹਨੇ ਆਪਣੇ ਲੋਕਾਂ ਦੇ ਵਿੱਚ ਹੋਪ ਬੇਸ਼ੱਕ ਅਸੀਂ ਸਾਰਿਆਂ ਕੋਈ ਉਹਦੀਆਂ ਨੀਤੀਆਂ ਜਾਂ ਗੱਲਾਂ ਨਾਲ ਨਾ ਵੀ ਸਹਿਮਤ ਹੋਈਏ ਪਰ ਮੈਂ ਇੱਕ ਨੈਰੇਟਿਵ ਦੇ ਰਿਹਾ ਕਿ ਅੱਜ ਜਦੋਂ ਕਿ ਅਸੀਂ ਦੁਨੀਆ ਭਰ ਦੇ ਵਿੱਚ ਅੱਜ ਇਹ ਚਰਚਾ ਹੈ ਕਿ ਜਿਹੜਾ ਇੰਟਰਨੈਸ਼ਨਲਿਜ਼ਮ ਸ਼ੁਰੂ ਹੋਇਆ ਸੀ ਇੰਟਰਨੈਸ਼ਨਲ ਟ੍ਰੀਟੀਆਂ ਇੰਟਰਨੈਸ਼ਨਲ ਅੰਡਰਸਟੈਂਡਿੰਗ ਜਿਹਦੇ ਥੱਲੇ ਈਰਾਨ ਡੀਲ 10 ਸਾਲ ਦੀ ਨੇਗੋਸ਼ੀਏਸ਼ਨ ਤੋਂ ਬਾਅਦ ਬਹੁਤ ਵੱਡੀ ਪ੍ਰਾਪਤੀ ਸੀ ਯੂਨਾਈਟਿਡ ਨੇਸ਼ਨਸ ਦੀ ਵੀ ਓਬਾਮਾ ਦੀ ਵੀ ਜਦੋਂ ਅਸੀਂ ਲੈਗੇਸੀ ਦੀ ਗੱਲ ਕਰਦੇ ਹਾਂ ਓਬਾਮਾ ਦੇ ਜਿਹੜੇ 8 ਸਾਲ ਵਾਈਟ ਹਾਊਸ ਦੇ ਵਿੱਚ ਉਹਦੇ ਦੀ ਦੋ ਵੱਡੀਆਂ ਲੈਗੇਸੀ ਸੀ ਜੇ ਮੈਂ ਕਹਾਂ ਇੱਕ ਤਾਂ ਵਿਦਨ ਕੰਟਰੀ ਹੈ ਜਿਹਨੂੰ ਓਬਾਮਾ ਕੇਅਰ ਕਿਹਾ ਜਾਂਦਾ ਹੈ ਜਿਸ ਨੂੰ ਇਹਨੇ ਹਟਾਉਣ ਦੀ ਕੋਸ਼ਿਸ਼ ਕੀਤੀ 트੍ਰੰਪ ਨੇ ਪੂਰਾ ਉਹ ਕਾਮਯਾਬ ਨਹੀਂ ਹੋ ਸਕਿਆ ਦੂਸਰਾ ਸੀ ਜਿਵੇਂ ਕਿਊਬਾ ਕਿਊਬਾ ਦੇ ਵੀ ਇੱਕ ਆਪਣੀ ਹਿਸਟਰੀ ਹੈ ਫਿਡਲ ਕਾਸਟਰੋ ਨੇ ਕਿਵੇਂ ਅਮਰੀਕਨਾਂ ਨੂੰ ਰਿਸਿਸਟ ਕੀਤਾ ਕਿਊਬਨ ਮਿਸਲ ਕ੍ਰਾਈਸਿਸ 1960 ਦੇ ਵਿੱਚ ਹੋਇਆ ਹੈ لیکن ਇਹ ਓਬਾਮਾ ਦੇ ਕ੍ਰੈਡਿਟ ਚ ਜਾਂਦਾ ਹੈ ਕਿ ਉਸ ਦੇ ਕਾਰਜਕਾਲ ਦੇ ਦੌਰਾਨ ਕਿਊਬਾ ਦੇ ਵਿੱਚ ਵੀ ਲਗਭਗ ਜਿਹੜਾ ਹੈ ਉਹ 50 ਸਾਲ ਬਾਅਦ ਉਹਨਾਂ ਦੀ ਐਮਬੈਸੀ ਵੀ ਖੁੱਲੀ ਅਮਰੀਕਨ ਅਮਰੀਕਾ ਦੇ ਨਾਲ ਰਿਲੇਸ਼ਨਸ਼ਿਪ ਬਣੀ ਔਰ ਉਹ ਜਿਹੜੀ ਹੌਸਟਿਲਟੀ ਸੀ ਕਿਉਂਕਿ ਬਿਲਕੁਲ ਸਾਡੇ ਪਿਛਵਾੜੇ ਸਾਊਥ ਅਮਰੀਕਾ ਚ ਕਿਊਬਾ ਔਰ ਦੂਸਰੀ ਸਕਸੈਸ ਈਰਾਨ ਦੇ ਨਾਲ ਇਹ ਡੀਲ ਸੀ ਜਿਹੜੀ ਕਿ ਸਟ੍ਰਾਈਕ ਹੋਈ ਸੋਚਿ ਮੀਨੀ ਦੇ ਪੀਰੀਅਡ ਚ ਫਿਰ ਉਹਨੂੰ ਨਿਊਟਰਲਾਈਜ਼ ਕਰਨ ਦੇ ਲਈ ਉਹਨਾਂ ਜ਼ਮਾਨਿਆਂ ਦੇ ਵਿੱਚ ਹੀ ਅਮਰੀਕਾ ਨੇ ਸਦਾਮ ਹੁਸੈਨ ਜਿਹੜਾ ਬਾਅਦ ਦੇ ਵਿੱਚ ਜਿਹਨੂੰ ਫਿਨਿਸ਼ ਕੀਤਾ ਇਹ ਉਹੀ ਨੇ ਜਿਹੜੇ ਇਹਨਾਂ ਦੇ ਹੀ ਖੜੇ ਕੀਤੇ ਹੁੰਦੇ ਨੇ ਸਦਾਮ ਹੁਸੈਨ ਨੂੰ ਬਿਲਕੁਲ ਅੰਨੀ ਸਪੋਰਟ ਅੰਨੀ ਜਿਹੜੀ ਹੈਲਪ ਹੈ ਜੇ ਅਸੀਂ ਦੇਖੀਏ ਕਿ ਇਰਾਕ ਨੂੰ ਜਿਹੜੀਆਂ ਬਾਹਰਲੀ ਏਡ ਵੀ ਜਾਂਦੀ ਸੀ ਔਰ ਉਹ ਮਨਮਰਜ਼ੀਆਂ ਕਰਦਾ ਰਿਹਾ ਪਰ ਉਸ ਤੋਂ ਜਿਹੜਾ ਇੱਕ ਕੰਮ ਕਰਵਾਇਆ ਕਿ ਇਰਾਕ ਇਰਾਕ ਨੇ ਈਰਾਨ ਦੇ ਉੱਤੇ ਹਮਲਾ ਔਰ ਇਹ ਉਹ ਪੀਰੀਅਡ ਸੀ ਕਿ ਇਰਾਕ ਦੇ ਵਿੱਚ ਹੁਣ ਅੱਜ Kurds ਦਾ ਮਸਲਾ ਜਿਹੜਾ ਉਹ ਖੜਾ ਹੁੰਦਾ ਹੈ Kurds ਨੂੰ ਲੈ ਕੇ ਤੁਰਕੀ ਔਰ ਇਰਾਕ ਔਰ ਅਮਰੀਕਾ ਔਰ ਸੀਰੀਆ 'ਚ ਜੋ ਇਨਰ ਵਾਰ ਕ੍ਰਾਈਸਿਸ ਚੱਲ ਰਿਹਾ ਉਹ ਇੱਕ ਵੱਖਰਾ ਇਸ਼ੂ ਹੈ ਜੀ ਲੇਕਿਨ ਉਸ ਪੀਰੀਅਡ 'ਚ ਔਰ ਹੁਣ ਸੀਰੀਆ ਦੇ ਉੱਤੇ ਮਜ਼ਾਈਲਾ ਮਾਰੀਆਂ ਕਿ ਜੀ ਉਹਨੇ ਕੈਮੀਕਲ ਵੈਪਨ ਯੂਜ਼ ਕੀਤੇ ਨੇ ਉਹ ਕੀਤੇ ਨੇ ਜਾਂ ਨਹੀਂ ਕੀਤੇ ਇਹ ਅਜੇ ਡਿਸਪੂਟਡ ਹੈ ਪਰੇ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਸਦਾਮ ਹੁਸੈਨ ਨੇ ਜਦੋਂ ਅਮਰੀਕਾ ਪੂਰੀ ਤਰ੍ਹਾਂ ਇਰਾਕ ਦੀ ਪਿੱਠ ਦੇ ਉੱਤੇ ਸੀ Kurdsਾਂ ਦੇ ਖਿਲਾਫ ਕੈਮੀਕਲ ਵੈਪਨ ਯੂਜ਼ ਕਰਕੇ ਪਿੰਡਾਂ ਦੇ ਪਿੰਡ ਹਜ਼ਾਰਾਂ ਲੋਕ ਸੰਵਾਦ ਦਿੱਤੇ ਸੀ ਉਹ ਓਨਲੀ ਟਾਈਮ ਹੈ ਜਦੋਂ ਕੈਮੀਕਲ ਵੈਪਨ ਯੂਜ਼ ਹੋਏ ਔਰ ਲੇਕਿਨ ਇਹ ਉਹਦੇ ਸਪੋਰਟ ਕਰਦੇ ਰਹੇ ਔਰ ਫਿਰ ਉਸੇ ਇਰਾਕ ਤੋਂ ਈਰਾਨ ਦੇ ਉੱਤੇ ਹਮਲਾ ਕਰਵਾਇਆ ਔਰ ਉਹ ਜਿਹੜੀ ਵਾਰ ਸੀ ਇੰਨੀ ਇੰਨੇ ਸਾਲ ਚੱਲੀ ਸ਼ਾਇਦ ਮੋਰ ਥੈਨ 10 ਇਅਰਸ ਈਰਾਨ ਇਰਾਕ ਲੱਖਾਂ ਲੋਕ ਮਰੇ 12 12 14 14 ਸਾਲ ਦੇ ਉਹਨਾਂ ਦੇ ਫੌਜੀ ਜਿਹੜੇ ਨੇ ਮੁੰਡੇ ਉਹ ਆ ਕੇ ਮਰਦੇ ਪਰ ਇਹ ਸੀ ਕਿ ਜਿਹੜਾ ਇਰਾਨ ਦਾ ਇਨਫਲੂਐਂਸ ਸੀ ਜਾਂ ਜਿਹੜੀ ਆਈਡੀਓਲੋਜੀ ਸੀ ਕਿ ਵੀ ਦੇਖੋ ਸਾਡੇ ਕੋਲ 70% એનર્ਜੀ ਦੇ ਸੋਰਸਸ ਨੇ ਔਰ ਕਿਵੇਂ ਜਿਹੜੀਆਂ ਵੈਸਟਰਨ ਪਾਵਰਸ ਨੇ ਉਹ ਸਾਨੂੰ ਬਲਕਨਾਈਜ਼ ਕਰ ਰਹੀਆਂ ਬਿਸ਼ੱਕ ਸ਼ੀਆ ਕੰਟਰੀ ਹੈ ਇਰਾਨ ਲੇਕਿਨ ਜਦੋਂ ਅਸੀਂ ਉਸ ਦੌਰ ਦੀ ਉਹਨਾਂ ਦੀ ਸੋਚ ਦੇਖਦੇ ਤਾਂ ਉਹ ਇੱਕ ਲੀਡਰਸ਼ਿਪ ਪ੍ਰੋਵਾਈਡ ਕਰਨਾ ਵੀ ਸੀ ਉਸ ਤੋਂ ਪਹਿਲਾਂ ਇਹੀ ਕੰਮ ਜ਼ੁਲਫਕਾਰ ਅਲੀ ਭੁੱਟੋ ਨੇ ਵੀ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਲਾਹੌਰ ਦੇ ਵਿੱਚ ਸਾਰੇ ਅਰਬ ਕੰਟਰੀਜ਼ ਨੂੰ ਦੇ ਜਿਹੜੇ ਨੁਮਾਇੰਦੇ ਸੀ ਜਿਨ੍ਹਾਂ ਦੇ ਵਿੱਚ ਈਵਨ ਲੀਬੀਆ ਔਰ ਦੂਜੇ ਉਹ ਬੜੀ ਪੌਪੂਲਰ ਪਿਕਚਰ ਹੈ ਉਹਨਾਂ ਨੇ ਕਿਹਾ ਜੀ ਕਿ ਜਦੋਂ ਤੁਹਾਡੇ ਔਇਲ ਮਿਲਿਆ ਤੇ ਜਿਹੜੀ ਕੀਮਤ ਇਹਨਾਂ ਨੇ ਰੱਖੀ 13-14 ਡਾਲਰ ਬੈਰਲ ਦੇ ਕਰੂਡ ਔਇਲ ਦੇ ਜੀ ਤੇ ਕਾਰ ਦੀ ਕੀਮਤ ਐਸੀ ਕਾਰ ਦੀਆਂ ਕੀਮਤਾਂ ਜੜੀਆਂ ਨੇ ਉਹ 20 ਗੁਣਾ ਵੱਧ ਗਈਆਂ ਇਹ ਸਾਰੇ 60-70 ਸਾਲ ਚ ਤੇ ਤੁਹਾਡਾ ਉਹੀ 14-15 ਡਾਲਰ ਜਿਹੜੀ ਹੈ ਕਰੂਡ ਆਇਲ ਦੀ ਜਿਹੜੀ ਹੈ ਵਾਇਰਲ ਸੋ ਜ਼ਾਹਰ ਹੈ ਕਿ OIC ਦਾ ਬਣਨਾ ਉਹਨਾਂ ਦੀਆਂ ਕੀਮਤਾਂ ਚੱਕਣਾ ਇਹ ਉਹ ਪੀਰੀਅਡ ਸੀ ਕਿ ਅਮਰੀਕਾ ਦੇ ਵਿੱਚ ਗੈਸ ਸਟੇਸ਼ਨਾਂ ਦੇ ਬਾਹਰ ਪੰਜ-ਪੰਜ ਮੀਲ ਲੰਬੀਆਂ ਨਾਈਨਾਂ ਲੱਗੀਆਂ ਹੁੰਦੀਆਂ ਸੀ ਉਦੋਂ ਇਹਨਾਂ ਨੇ ਇਹ ਜਿਹੜੀ ਸਾਰੀ ਜਦੋਂ ਅਸੀਂ ਵਰਲਡ ਪੋਲਿਟਿਕਸ ਦੇਖਦੇ ਹਾਂ ਤੇ ਬਹੁਤ ਵਾਰ ਲੱਗਦਾ ਹੁੰਦਾ ਵੀ ਇਹਨਾਂ ਇਹ ਕਹੇ ਤੋ ਲੜਾਈ ਹੈ એનર્ਜੀ ਸੋਰਸ ਬਿਜ਼ਨਸ ਕਿਤੇ ᱮਮਰਲਡ ਨੇ ਕਿਤੇ ਡਾਇਮੰਡ ਨੇ ਅਫਰੀਕਾ 'ਚ ਕੀ ਰੋਲ ਹੈ ਸੇਰੇ ਲਿਓਨ 'ਚ ਕੀ ਰੋਲ ਹੈ ਜਿੱਥੇ ਉਹ ਡਾਇਮੰਡਸ ਨੇ ਕਿਤੇ 골ਡ ਹੈ ਕਿਤੇ ਹੁਣ ਵਾਟਰ ਦੇ ਥੱਲੇ ਕਿਉਂਕਿ ਸਮੁੰਦਰ ਦੇ ਵਿੱਚੋਂ ਤੇਲ ਨਿਕਲ ਆਇਆ ਸੌਉਥ ਚਾਈਨਾ ਸੀ ਦਾ ਕੀ ਰੌਣਾ ਜੀ ਸੋ ਕੁੱਲ ਮਿਲਾ ਕੇ ਉਦੋਂ ਸਦਾਮ ਹੁਸੈਨ ਦੇ ਪਿੱਛੇ ਪੂਰਾ ਖਲੋ ਕੇ ਈਰਾਨ ਨੂੰ ਜਿਹੜਾ ਉਹ ਥੱਲੇ ਸੁੱਟਿਆ ਔਰ ਉਹਦੇ 'ਚ ਉਹਨਾਂ ਨੇ ਵੀ ਜ਼ਿਆਤੀਆਂ ਕੀਤੀਆਂ ਬੜਾ ਵੱਡਾ ਕ੍ਰਾਈਸਿਸ ਹੋਇਆ ਉਹਨਾਂ ਨੇ ਅਮਰੀਕਨ ਐਮਬੈਸੀ ਤੇ ਅਟੈਕ ਕੀਤਾ ਉਹਨਾਂ ਨੇ ਬਹੁਤ ਸਾਰੇ ਜਿਹੜੇ ਸੀ ਹੋਸਟੇਜ ਲੈ ਲਏ EMPLOYE ਔਰ ਉਹ ਲੰਬਾ ਕ੍ਰਾਈਸਿਸ ਚੱਲੇ ਹੈ ਈਰਾਨ ਦਾ ਔਰ ਉਹਦੇ 'ਚ ਜਿਮੀ ਕਾਰਟਰ ਜਦੋਂ ਪ੍ਰੈਜ਼ੀਡੈਂਟ ਬਣਿਆ ਉਹਦੀ ਤਾਂ ਪ੍ਰੈਜ਼ੀਡੈਂਸੀ ਉਹਦੇ ਹਵਾਲੇ ਚੜ ਗਏ ਲੋਕੇ ਉਸਦੇ ਭੇਟ ਚੜ ਗਏ ਕਿਉਂਕਿ ਉਹਨੇ ਉਹਨਾਂ ਨੂੰ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਉਹ ਫੇਲ ਹੋ ਗਿਆ ਕੰਮ ਔਰ ਉਹਦੇ ਚ ਜਿਹੜਾ ਸੈਕਿੰਡ ਜਿਮੀ ਕਾਰਟਰ ਬਣਿਆ ਨੋਬਲ ਪ੍ਰੈਜ਼ੀਡੈਂਸੀ ਅਮਰੀਕਾ ਦਾ ਉਹਦੀ ਮਾਂ ਲਿਲੀ ਕਾਰਟਰ ਉਹ ਇੱਕ ਨਨ ਬਣ ਕੇ ਗੁੜਗਾਵਾ ਦੇ ਨੇੜੇ ਤੇ ਆਪਣੇ ਜਵਾਨੀ ਦੇ ਦਿਨਾਂ ਚ ਉਹਨੇ 5-7 ਸਾਲ ਗਰੀਬਾਂ ਚ ਵੀ ਕੀਤਾ ਹੈ ਜਿਮੀ ਕਾਰਟਰ ਜਦੋਂ ਇੰਡੀਆ ਗਿਆ ਉੱਥੇ ਦੇਖਣ ਵੀ ਗਿਆ ਵੀ ਉਹਦੀ मां ਕਿੱਥੇ ਰਹਿੰਦੇ ਸੀ ਕਿਹਨਾ ਹਾਲਾਤਾਂ ਚੋਂ ਨੇ ਸਰਵ ਕੀਤਾ ਪਰ ਉਹ ਇਰਾਨ ਕ੍ਰਾਈਸਿਸ ਜਿਹੜਾ ਸੀ ਉਹਨੇ ਜਿਮੀ ਕਾਰਟਰ ਦੀ ਪ੍ਰੈਜ਼ੀਡੈਂਸੀ ਲਈ ਔਰ ਇਰਾਨ ਦੇ ਉੱਤੇ ਫਿਰ ਜਿਹੜੀਆਂ ਜਿੰਨੇ ਉਹਨਾਂ ਦੇ ਪੈਸੇ ਸ਼ਾਹ ਫਿਹਰਾਨ ਦੇ ਜ਼ਮਾਨੇ ਚ ਹੰਡਰਡਸ ਆਫ ਬਿਲੀਅਨਸ ਆਫ ਡਾਲਰਸ ਅਮਰੀਕਨ ਬੈਂਕਸ ਦੇ ਵਿੱਚ ਔਰ ਇਹਨਾਂ ਦੇ ਟ੍ਰੇਜਰੀ ਬੌਂਡਸ ਤੇ ਪਏ ਸੀ ਉਹ ਸਾਰੇ ਇਹਨਾਂ ਨੇ ਜ਼ਬਤ ਕਰ ਲਏ ਸੈਂਕਸ਼ਨਸ ਲਾਤੀਆਂ ਪਾਬੰਦੀਆਂ ਲਾਤੀਆਂ ਹਾਲਾਂ ਇਰਾਨ ਕਿਉਂਕਿ ਪੁਰਾਣੀ ਸਿਵਲਾਈਜ਼ੇਸ਼ਨ ਹੈ 4-5 ਸਾਲ ਹਜ਼ਾਰ ਸਾਲ ਪੁਰਾਣੀ ਜੀ ਸਰਵਾਈਵ ਉਹਨਾਂ ਨੇ ਕੀਤਾ ਪਰ ਨਤੀਜੇ ਦੇ ਤੌਰ ਤੇ ਹਾਰਡਸ਼ਿਪਸ ਵੀ ਹੋਈਆਂ ਔਰ ਵੈਸਟ ਨੇ ਵੀ ਅਲਟੀਮੇਟਲੀ ਦੇਖ ਲਿਆ ਵੀ ਇੰਨੀ ਵੱਡੀ ਔਰ ਉਹ ਸਟੈਂਡ ਕੀਤੇ ਰਹੇ ਕਿ ਵੀ ਨਹੀਂ ਇਹਨਾਂ ਨੂੰ ਹੁਣ ਜਿਹੜਾ ਸਾਨੂੰ ਕਿਤੇ ਨਾ ਕਿਤੇ ਕਰਨਾ ਪੈਗਾ ਉਸੇ ਦੌਰ ਚ ਈਰਾਨ ਨੇ ਇਹ ਦੇਖਣ ਇਹ ਦੇਖਦੇ ਆ ਕਿ ਵੀ ਅਲਟੀਮੇਟਲੀ ਜਿਹੜਾ ਸਾਡਾ ਵੀ ਕੋਈ ਵਾਲੀ ਵਾਰਿਸ ਨਹੀਂ ਉਹਨੇ ਆਪਣਾ ਜਿੱਥੇ એનર્ਜੀ ਸੋਰਸ ਔਰ ਜਦੋਂ ਅਸੀਂ એનર્ਜੀ ਸੋਰਸਸ ਦੀ ਗੱਲ ਕਰਦੇ ਹਾਂ ਯੂਰੇਨੀਅਮ ਔਰ ਪ੍ਰੋਟੋਨੀਅਮ ਜੀ ਇਹ ਦੋ ਨੇ ਜਿਹੜੇ ਦੇ ਲਈ ਹੈਵੀ ਵਾਟਰ ਬਣਾਉਣ ਦੇ ਲਈ ਇਸਤੇਮਾਲ ਹੁੰਦਾ ਹੈ ਔਰ ਜੇ ਅਸੀਂ ਓਨੈਸਟਲੀ ਔਰ ਫ੍ਰੈਂਕਲੀ ਗੱਲ ਕਰਨੀ ਹੋਏ ਤਾਂ ਐਟੋਮਿਕ ਪਾਵਰ ਸਭ ਤੋਂ ਪਹਿਲਾਂ ਅਮਰੀਕਾ ਨੇ ਡਿਵੈਲਪ ਕੀਤੀ ਔਰ ਦਾ ਓਨਲੀ ਟਾਈਮ ਜਿਹੜੀ ਐਟੋਮਿਕ ਪਾਵਰ ਯੂਜ਼ ਹੋਈ ਹਿਊਮਨ ਹਿਸਟਰੀ ਚ ਉਹ ਅਮਰੀਕਾ ਨੇ ਕੀਤੀ ਅਗੇਂਸਟ ਹਿਰੋਸ਼ੀਮਾ ਨਾਗਾਸਾ키 ਸੈਕੰਡ ਵਰਲਡ ਵਾਰ ਦੇ ਵੇਲੇ ਲੱਖਾਂ ਲੋਕਾਂ ਦੀ ਮੌਤ ਔਰ ਅਜੇ ਤੱਕ ਵੀ 4-5 ਜਨਰੇਸ਼ਨਾਂ ਬੀਤਣ ਬਾਅਦ ਵੀ ਵਿੰਗੇ ਟੇਢੇ ਬੱਚੇ ਜੰਮਦੇ ਨੇ ਜਿਹੜੇ ਵੀ ਉਹਨਾਂ ਦੇ ਕੋਈ ਸਰਵਾਈਵਰ ਥੋੜੇ ਬਹੁਤ ਸੀ ਜੀ ਲੇਕਿਨ ਇਸ ਗੱਲ ਨੂੰ ਔਰ ਟਾਈਮ ਪਾ ਕੇ ਅਮਰੀਕਾ ਦੇ ਦੇਖੋ ਦੇਖੀ ਸੋਵੀਅਤ ਯੂਨੀਅਨ ਵੀ ਜਿਹੜਾ ਨਿਊਕਲੀਅਰ ਪਾਵਰ ਬਣ ਗਿਆ ਫਿਰ ਇੰਗਲੈਂਡ ਵੀ ਬਣ ਗਿਆ ਫਰਾਂਸ ਵੀ ਬਣ ਗਿਆ ਔਰ ਚਾਈਨਾ ਜਿਹੜਾ ਕਿ ਬਿਲਕੁਲ ਆਈਸੋਲੇਟਿਡ ਸੀ ਕਿਉਂਕਿ ਮੌਸੇ ਤੋਂ ਨੂੰ ਰੈਕਗਨਾਈਜ਼ ਨਹੀਂ ਸੀ ਕੀਤਾ ਪਰ ਜਦੋਂ ਉਹ ਫਿਰ ਪਾਕਿਸਤਾਨ ਦੀ ਮਦਦ ਦੇ ਨਾਲ ਨਿਕਸਨ ਦੇ ਜ਼ਮਾਨੇ ਦੇ ਵਿੱਚ ਹੈਨਰੀ ਕਸਿੰਜਰ ਗਿਆ ਚਾਈਨਾ ਦੇ ਨਾਲ ਰਿਲੇਸ਼ਨਸ਼ਿਪ ਡਿਵੈਲਪ ਹੋਈ ਚਾਈਨੋਦੋ ਤੱਕ ਐਟੋਮਿਕ ਪਾਵਰ ਬਣ ਚੁੱਕਾ ਸੀ। ਤੋਂ ਇਹਨਾਂ ਨੇ ਇਹ ਆਪਣਾ 엘ੀਟ ਕਲੱਬ ਬਣਾ ਲਿਆ ਕਿ ਸਿਕਿਉਰਿਟੀ ਕੌਂਸਲ ਦੇ ਜਿਹੜੇ 5 ਮੈਂਬਰ ਨੇ ਜਿਨ੍ਹਾਂ ਦੇ ਮੈਂ ਨਾਂ ਲੈਏ ਨੇ ਵੀ ਇਹੀ ਨਿਊਕਲੀਅਰ ਹੋਣਗੇ ਹੋਰ ਕੋਈ ਨਹੀਂ ਹੋਏਗਾ। ਪਰ ਅਸੀਂ ਦੇਖਦੇ ਹਾਂ ਵੀ ਇਜ਼ਰਾਈਲ ਆਪਣੇ ਤੌਰ ਦੇ ਉੱਤੇ ਨਿਊਕਲੀਅਰ ਬਣਿਆ ਔਰ ਭਾਰਤ ਨੇ ਇੰਦਰਾ ਗਾਂਧੀ ਨੇ 1974 ਚ ਪਹਿਲੀ ਵਾਰ ਪੋਖਰਾ ਨੂੰ ਵਨ ਕਰਕੇ ਐਟੋਮਿਕ ਬਸ਼ਰ ਕੋਰੂਡ ਸੀ ਬਮ 1998 ਦੇ ਵਿੱਚ ਫਿਰ ਪਾਕਿਸਤਾਨ ਔਰ ਇੰਡੀਆ ਔਰ ਪਾਕਿਸਤਾਨ ਇੰਡੀਆ ਨੇ ਪਹਿਲਾਂ ਕੀਤਾ ਪਾਕਿਸਤਾਨ ਨੇ 2 ਹਫਤੇ ਬਾਅਦ ਉਹ ਵੀ ਪਾਵਰਸ ਬਣ ਗਿਆ ਪਰ ਅਜ ਤੱਕ ਉਹਨਾਂ ਨੂੰ ਕੋਈ ਉਸ ਕਲੱਬ ਚ ਨਹੀਂ ਵਾੜਿਆ ਹੋਇਆ ਲੇਕਿਨ ਜਿਹੜੀ ਪ੍ਰੈਸਲਰ ਅਮੈਂਡਮੈਂਟਸ ਸੀ ਜਿਹੜੀ ਇੰਡੀਆ ਪਾਕਿਸਤਾਨ ਤੇ ਅਮਰੀਕਾ ਨੇ ਲਾਈ ਸੈਨੇਟਰ ਪ੍ਰੈਸਲਰ ਦੀ ਉਹ ਸਭ ਖਤਮ ਖਤੋਂ ਮੈਨਾਂ ਨੇ ਉਡਾ ਦਿੱਤੀ ਜਦੋਂ ਕਿ ਬੁਸ਼ ਦੇ ਵੇਲੇ ਇੰਡੋ ਯੂ ਐਸ ਨਿਊਕਲੀਅਰ ਡੀਲ ਤੇ ਇਹ ਉਹ ਹੁਣ ਇਸ ਪੀਰੀਅਡ ਚ ਜਦੋਂ ਕਿ ਸਾਰੀਆਂ ਨੇਗੋਸ਼ੀਏਸ਼ਨਸ ਦੁਨੀਆ ਚ ਚੱਲ ਰਹੀਆਂ ਸੀ ਕਿ ਵਰਲਡ ਦੇ ਵਿੱਚ ਨਿਊਕਲੀਅਰ ਹਥਿਆਰ ਨਹੀਂ ਹੋਣੇ ਚਾਹੀਦੇ ਅਸੀਂ ਐਜ਼ ਅ ਸਿੱਖ ਹਮੇਸ਼ਾ ਐਡਵੋਕੇਸੀ ਕੀਤੀ ਸਾਨੂੰ ਹਮੇਸ਼ਾ ਆਪਣੇ ਹੋਮਲੈਂਡ ਦਾ ਫਿਕਰ ਹੁੰਦਾ ਕਿ ਕੋਈ ਵੀ ਜਿਹੜੀ ਭਵਿੱਖ ਦੀ ਇੰਡੀਆ ਪਾਕਿਸਤਾਨ ਟਕਰਾਅ ਆ ਜਾਂ ਹੁਣ ਤਾਂ ਚਾਈਨਾ ਦੇ ਨਾਲ ਵੀ ਇੰਡੀਆ ਨੇ ਹੌਸਟਿਲਟੀ ਖੜੀ ਕਰ ਲਈ ਕਿ ਪਾਕਿਸਤਾਨ ਚਾਈਨਾ ਇੰਡੀਆ ਨਿਊਕਲੀਅਰ ਪਾਵਰਸ ਕੋਈ ਵੀ ਵਾਰ ਜਿਹੜੀ ਹੈ ਉਹ ਸਾਡੀ ਸਿਵਲਾਈਜੇਸ਼ਨ ਨੂੰ ਦੋਵੇਂ ਪਾਸਿਓਂ ਦੋਵੇਂ ਪੰਜਾਬ ਇਧਰ ਉਧਰ ਤਬਾਹ ਕਰੇਗੀ ਸੋ ਅਸੀਂ ਵਾਸ਼ਿੰਗਟਨ ਡੀਸੀ ਚੋਂ ਹੀ ਇਸ ਦੇ ਉੱਤੇ ਹਮੇਸ਼ਾ ਲਾਬੀ ਕੀਤੀ ਕਿ ਭਈ ਇੰਡੀਆ ਦਸਕਤ ਕਰੇ ਕੰਪ੍ਰੀਹੈਂਸਿਵ ਨਿਊਕਲੀਅਰ ਟੈਸਟਮੈਂਟਰੀ ਟ੍ਰੀਟੀ ਦੇ ਉੱਤੇ ਐਨਪੀਟੀ ਦੇ ਉੱਤੇ ਸੋ ਇਹ ਇੱਕ ਵੱਖਰਾ ਵਿਸ਼ਾ ਹੈ ਲੇਕਿਨ ਈਰਾਨ ਦੇ ਉੱਤੇ ਇਹ ਪ੍ਰੈਸ਼ਰ ਜਿਹੜਾ ਕਿਉਂਕਿ ਆਲਰੇਡੀ ਇਕਨੋਮਿਕਲ ਸੈਂਕਸ਼ਨਸ ਲੱਗੀਆਂ ਹੋਈਆਂ ਸੀ ਉਸ ਸੈਂਕਸ਼ਨਸ ਦਾ ਨਤੀਜਾ ਹੈ ਕਿ ਇਹਨਾਂ ਸਾਰੇ ਸਾਲਾਂ ਦੇ ਵਿੱਚ ਜਦੋਂ ਤੋਂ ਸੈਂਕਸ਼ਨਸ ਲੱਗੀਆਂ ਹੁਣ ਤੱਕ ਜਦੋਂ ਇਹ ਡੀਲ ਹੋਈ ਜਿਹੜੀ ਹੈ ਜੁਲਾਈ ਦੇ ਵਿੱਚ 2015 ਦੇ ਵਿੱਚ ਉਹ ਜੁਲਾਈ 2015 ਉਦੋਂ ਤੱਕ ਈਰਾਨ ਦਾ 160 ਬਿਲੀਅਨ ਡਾਲਰ ਦਾ ਨੁਕਸਾਨ ਹੋ ਚੁੱਕਾ ਸੀ ਕਿਉਂਕਿ ਉਹ ਆਇਲ ਜਿਹੜਾ ਉਹ ਐਕਸਪੋਰਟ ਕਰਦਾ ਕਰਦਾ ਸੀ ਟੋਰੀ ਛਿਪੇ ਕਰਦਾ ਰਿਹਾ ਜਿੰਨਾ ਕੋਨੇ ਆਪਣੇ ਸਰਵਾਈਵਲ ਕੀਤੀ ਸੋ ਈਰਾਨ ਨੇ ਵੀ ਇਹ ਵੈਂਚਰੀ ਦੇਖ ਲਿਆ ਕਿ ਵੀ ਠੀਕ ਹੈ ਉਹਨਾਂ ਨੇ ਜਿਹੜੀ ਡੀਲ ਸਾਈਨ ਕੀਤੀ ਜਿਸ ਨੂੰ ਅਸੀਂ ਇਸ ਇਹ ਕਿਹਾ ਕਿ ਵੀ ਜੁਆਇੰਟ ਕੰਪਰੀਹੈਂਸਿਵ ਪਲਾਨ ਆਫ ਐਕਸ਼ਨ ਉਦੇ ਡਿਫਰੈਂਟ ਨੁਕਤੇ ਸੀ ਮੈਂ ਸਮਝ ਸੀਮਾ ਦੇਖ ਰਿਹਾ ਮੈਂ ਬਹੁਤ ਵੇਰਵੇਚ ਨਹੀਂ ਜਾ ਸਕਾਂਗਾ ਪਰ ਜ਼ਾਹਰ ਹੈ ਵੀ ਇਸ ਟ੍ਰੀਟੀ ਤੋਂ ਬਾਅਦ ਈਰਾਨ ਦੇ ਉੱਤੇ پابੰਦੀਆਂ ਟੁੱਟੀਆਂ ਈਰਾਨ ਦੀ ਜੀਡੀਪੀ ਵੀ ਵਧੀ ਔਰ ਇਸ ਸਾਰੇ ਦੇ ਨਾਲ ਦੁਨੀਆ 'ਚ ਇੱਕ ਹੋਪ ਵੀ ਆਈ ਔਰ ਫਿਰ ਹੁਣ ਜਿਹੜਾ ਜਿਹੜੀ ਇਹ ਸਡਨ ਚੇਂਜ ਹੈ ਇਕ ਤਾਂ ਜਿਵੇਂ ਮੈਂ ਆਪਣੇ ਆਫਿਸ ਜਿਹੜੇ ਸੱਜਣ ਆਏ ਉਹਨਾਂ ਨੇ ਕਿਹਾ ਕਿ ਜੀ ਜਿਵੇਂ ਮੈਂ ਵੀ ਕੰਪੇਅਰ ਕੀਤਾ ਮੈਂ ਕਿਹਾ ਜੀ ਇਹ ਇਵੇਂ ਹੀ ਹੈ ਜਿਵੇਂ ਜਿਹੜਾ ਬ੍ਰਾਹਮਣਿਕਲ ਸਿਸਟਮ ਹੈ 노 ਮੈਟਰ ਕਨਸਟੀਟਿਊਸ਼ਨ ਕੀ ਕਹਿੰਦਾ ਹੈ ਜਾਂ ਦੂਜਾ ਕੀ ਹੈ ਔਰ ਇਹ ਆਮ ਸੀ ਕਿ ਜਦੋਂ ਜਗਜੀਵਨ ਰਾਮ ਜਦ ਕਿਤੇ ਬੋਲ ਕੇ ਜਾਂਦਾ ਸੀ ਜਾਂ ਕਿਸੇ ਮੰਦਿਰ ਚ ਵੀ ਉਹ ਵਿਜ਼ਿਟ ਕੀਤਾ ਉਸ ਤੋਂ ਬਾਅਦ ਬ੍ਰਾਹਮਣ ਉਹਨੂੰ ਧੋਂਦੇ ਸੀ ਗੰਦਾ ਦੇ ਪਾਣੀ ਨਾਲ ਕਿ ਜੀ ਇਹ ਸ਼ੂਦਰ ਆਇਆ ਤੇ ਭਿੱਟ ਗਿਆ ਸੀ ਹੁਣ ਵੀ ਇਹ ਟ੍ਰੈਂਡ ਕਿਤੇ ਨਾ ਕਿਤੇ ਸੋ ਮੈਂ ਆਖਿਆ ਵੀ ਇਹਨੇ 트럼ਪ ਨੇ ਮਿੱਥਿਆ ਹੋਇਆ ਹੈ ਵੀ ਇੱਕ ਜਿਹੜਾ ਅਫਰੀਕਨ ਅਮਰੀਕਨ ਹੈ ਵਾਈਟ ਹਾਊਸ ਚ ਵੜ ਗਿਆ ਜੀ ਔਰ ਉਹਦੀ ਹਰ ਚੀਜ਼ ਨੂੰ ਧੋ ਦੇਣਾ ਔਰ ਇਵੇਂ ਹੀ ਹੈ ਕਿ ਸ਼ੂਦਰ ਦਾ ਇੰਪੈਕਟ ਧੋਣ ਲਈ ਜਿਹੜਾ ਬ੍ਰਾਹਮਣ ਹੈ ਉਹ ਕਰਦਾ ਸੀ ਸੋ ਹਰ ਚੀਜ਼ ਨੂੰ ਅਨਡੂ ਕਰਨ ਦੀ ਲਾਈਨ ਪਰ ਇਸ ਸਾਰੇ ਚ ਜਿੱਥੇ ਇੱਕ ਪਾਸੇ ਅਮਰੀਕਾ ਨੇ ਮੈਂ ਸਮਝਦਾ ਹਾਂ ਵੀ ਜਿਹੜੀ ਇੰਟਰਨੈਸ਼ਨਲਾਈਜੇਸ਼ਨ ਦੀ ਗੱਲ ਸੀ ਉਹਨੂੰ ਬੜਾ ਵੱਡਾ ਸੈਟਬੈਕ ਦਿੱਤਾ ਹੈ ਅਮਰੀਕਾ ਯੂਨਿਲੇਟਰਲੀ ਉਹਨਾਂ ਟ੍ਰੀਟੀਆਂਸ ਚੋਂ ਨਿਕਲ ਰਿਹਾ ਹੈ ਔਰ ਦੁਨੀਆ ਜਦੋਂ ਅਸੀਂ ਦਸਵੇਂ ਪਾਤਸ਼ਾਹ ਮਾਨਸ ਕੀ ਜਾਤ ਸਭੈ ਇਹ ਕਿਆ ਪਹਿਚਾਨ ਬੋ ਕਿ 올 ਹਿਊਮਨ ਰੇਸ ਹਜ਼ ਵੰਦਾ ਕਨਸੈਪਟ ਦੇਖਦੇ ਤੇ ਹੌਲੀ 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 ਹਿਊਮਨ ਸੋਸਾਇਟੀ ਉਸ ਪਾਸੇ ਵੱਲ ਜਾ ਰਹੀ ਸੀ ਯੂਨਾਈਟਿਡ ਨੇਸ਼ਨਸ ਨੂੰ ਮਾੜੇ ਮੋٹے ਦੰਦ ਮਿਲਣੇ ਸ਼ੁਰੂ ਹੋਏ ਸੀ ਕਿਉਂਕਿ ਸਾਰੀ ਡੀਲ ਥਰੂ ਯੂਨ ਹੋਈ ਸਕਿਉਰਿਟੀ ਕੌਂਸਲ ਦਾ ਵੀ ਕਦ ਉੱਚਾ ਹੋਇਆ ਲੇਕਿਨ ਜਿਸ ਅੰਦਾਜ਼ ਦੇ ਵਿੱਚ ਇਹ ਹੁਣ ਟਰੰਪ ਨੇ ਡਿਸਮੈਂਟਲ ਕਰਨਾ ਸ਼ੁਰੂ ਕੀਤਾ ਹੈ ਇੰਟਰਨੈਸ਼ਨਲਾਈਜ਼ੇਸ਼ਨ ਨੂੰ ਨਤੀਜੇ ਦੇ ਤੌਰ ਤੇ ਜਿਹੜੇ ਟ੍ਰੇਡ ਪੈਕਟ ਨੇ ਉਹਨਾਂ ਚੋਂ ਨਿਕਲਣ ਦੀ ਲਾਈਨ ਕਿਊਬਾ ਨੀਤੀ ਦੇ ਵਿੱਚ ਬਦਲਾ ਔਰ ਜਿਸ ਅੰਦਾਜ਼ ਹੁਣੇ ਇਰਾਨ ਡੀਲ ਨੂੰ ਜਿਹੜਾ ਉਹ ਬਿਲਕੁਲ ਆਂਡੂ ਕੀਤਾ ਸਿਰਫ ਹੁਣ ਤੱਕ ਜਿਵੇਂ ਦੇਖਿਆ ਵੀ ਕਿਸੇ ਨੇ ਇਹਨੂੰ ਵੈਲਕਮ ਕੀਤਾ ਹੈ ਤਾਂ ਇਜ਼ਰਾਈਲ ਨੇ ਤੇ ਸਾਊਦੀ ਅਰੇਬੀਆ ਨੇ ਜੀ ਔਰ ਇਹ ਵੀ ਤੁਸੀਂ ਦੇਖੋ ਜਦੋਂ ਅਸੀਂ ਭਰਾ ਆਪਣਾ ਦੇਖਦੇ ਹਾਂ ਕਿ ਵੀ ਇੱਕ ਪਾਸੇ اسلام ਦਾ ਝੰਡਾ ਚੁੱਕਿਆ ਹੋਇਆ ਮੱਕਾ ਮਦੀਨਾ ਦੋਨੋਂ ਸਾਊਦੀ ਅਰੇਬੀਆ ਚ ਨੇ ਜੀ ਕਿਤੇ ਵੀ ਦੁਨੀਆ ਚ ਤੁਸੀਂ ਇੱਕ ਫੇਅਰਨੈਸ ਦੀ ਗੱਲ ਕਰਦੇ ਆ ਕਿ ਭਾਈ ਟ੍ਰੀਟੀ ਜਿਹਨੂੰ 10 ਸਾਲ ਲੱਗੇ ਇੱਕ ਸਮਝੌਤਾ ਜਿਹਦੇ ਥੱਲੇ ਜਿਹਨੂੰ ਜਿਹੜੇ ਇਹਨਾਂ ਦੇ ਇੱਕ UN ਦੇ ਆਪਣੀ ਏਜੰਸੀ ਹੈ ਇੰਟਰਨੈਸ਼ਨਲ ਐਟੋਮਿਕ એનર્ਜੀ ਏਜੰਸੀ ਉਹਨੂੰ ਕਹਿੰਦੇ ਨੇ ਉਹਨਾਂ ਦੇ ਇਨਸਪੈਕਟਰਸ ਨੇ ਆਫੀਸਰਸ ਨੇ ਜਾ ਕੇ ਬਰਾਬਰ ਇਹ ਗੱਲ ਦੀ ਸ਼ਾਦੀ ਭਰੀ ਕਿ ਭਾਈ ਉਹਨਾਂ ਨੇ ਆਪਣੇ ਬੰਦ ਕਰ ਦਿੱਤੇ ਨੇ ਸਾਰੇ ਪ੍ਰੋਗਰਾਮ ਔਰ ਇਸ ਸਾਰੇ ਦੇ ਬਾਵਜੂਦ ਜੇ ਸਾਊਦੀ ਅਰੇਬੀਆ ਇਸ ਲਈ ਖੁਸ਼ ਹੈ ਕਿਉਂਕਿ ਈਰਾਨ ਦੇ ਨਾਲ ਈਰਾਨ ਸ਼ੀਆ ਕੰਟਰੀ ਹੈ ਇਰਾਕ ਦੇ ਵਿੱਚ ਵੀ ਹੁਣ ਕਿਉਂਕਿ ਡੈਮੋਕਰੈਟਿਕਲੀ ਗਵਰਨਮੈਂਟ ਬਣੀ ਸ਼ੀਆ ਮੈਜੋਰਟੀ ਉਹਨਾਂ ਦਾ ਇਨਫਲੂਐਂਸ ਵੀ ਵਧ ਰਿਹਾ ਤੇ ਇਜ਼ਰੀਅਲ ਜਿਹਨੂੰ ਇਹ ਲੱਗਦਾ ਹੈ ਕਿ ਵੀ ਜਿੰਨੀ ਹੌਸਟਿਲਟੀ ਪੈਦਾ ਹੋ ਸਕਦੀ ਹੈ ਮੁਸਲਮਾਨਾਂ ਦੇ ਖਿਲਾਫ ਜਾਂ ਦੂਜਿਆਂ ਦੇ ਖਿਲਾਫ ਉਸ ਦਾ ਇਸਤੇਮਾਲ ਕਰੋ ਸੋ ਕੋਲ ਮਾਰਾ ਕੇ ਮੈਂ ਇਹਨੂੰ ਇੱਕ ਸੈਡ ਡੇ ਦੇ ਤੌਰ ਤੇ ਦੇਖਦਾ ਹਾਂ ਉਦਾਸ ਦਿਨ ਦੇ ਤੌਰ ਤੇ ਦੇਖਦਾ ਹਾਂ ਪਰ ਜਿਹੜੀ ਰੇ ਆਫ ਹੋਪ ਹੈ ਉਹ ਇਹ ਹੈ ਕਿ ਵੀ ਜਿਹੜਾ ਇਸ ਸਾਰੇ ਨੂੰ ਇਕਤਾ ਇਰਾਨ ਨੇ ਇਹ ਕਿਹਾ ਕਿ ਵੀ ਜਦੋਂ ਤੱਕ ਯੂਰੋਪੀਅਨ ਯੂਨੀਅਨ ਉਹ ਯੂਰੋਪੀਅਨ ਯੂਨੀਅਨ ਦੇ ਵਿੱਚ ਉਹ ਫਰਾਂਸ ਹੋਏ ਜਰਮਨੀ ਹੋਏ ਉਹਨਾਂ ਨੇ ਕਿਹਾ ਜੀ ਵੀ ਅਸੀਂ ਇਸ ਡੀਲ ਦੇ ਨਾਲ ਖਲੋਤੇ ਜੀ ਇਹਦੇ ਚੋਂ ਅਸੀਂ ਬਾਹਰ ਨਹੀਂ ਨਿਕਲਾਂਗੇ ਇੰਗਲੈਂਡ ਦਾ ਵੀ ਇਸ ਕਿਸਮ ਦਾ ਰੁਝਾਨ ਹੈ ਇਹ ਹੁਣ ਦੇਖਣਾ ਹੋਵੇਗਾ ਕਿ ਜਿਸ ਕਿਸਮ ਦਾ 트럼ਪ ਦਾ ਐਟੀਟਿਊਡ ਹੈ ਕਿ ਇਹ ਜਿਹੜੀਆਂ ਯੂਰਪੀਅਨ ਯੂਨੀਅਨ ਔਰ ਇਹ ਪਾਵਰਸ ਨੇ ਇਹ ਉਸ ਪ੍ਰੈਸ਼ਰ ਨੂੰ ਲੈ ਸਕਣਗੇ ਜੀ ਔਰ ਉਹਦੇ ਸਾਡੇ ਲਈ ਇਵਨ ਇੰਡੀਆ ਦਾ ਵੀ ਆਫ ਇੰਟਰਸਟ ਹੈ ਕਿਉਂਕਿ ਇੰਡੀਆ ਨੇ ਕਾਫੀ ਇਨਵੈਸਟ ਕਰਕੇ ਈਰਾਨ ਦੇ ਵਿੱਚ ਚਾਹ ਬਹਾਰ ਪੋਰਟ ਹੈ ਹੁਣ ਇਹਨਾਂ ਨੂੰ ਸੀ ਕਿ ਜੀ ਹਰ ਚੀਜ਼ ਅਫਗਾਨਿਸਤਾਨ 'ਚ ਪਹੁੰਚਾਣ ਲਈ ਲੈਂਡ ਰਾਊਟ ਜਿਹੜਾ ਉਹ ਵਾਇਆ ਪਾਕਿਸਤਾਨ ਹੈ ਜੇ ਹਵਾਈ ਵੀ ਉੱਡਣਾ ਹੈ ਵਾਇਆ ਪਾਕਿਸਤਾਨ ਹੈ ਜੀ ਔਰ ਉਹਨਾਂ ਨੇ ਜਿਹੜੀ ਹੈ ਸਮੁੰਦਰੀ ਰਸਤੇ ਰਾਹੀਂ ਇਰਾਨ ਦੇ ਵਿੱਚ ਚਾਹ ਬੁਹਾਰ ਜਿਹੜੀ ਪੋਰਟ ਹੈ ਉਹਨੂੰ ਡਿਵੈਲਪ ਕੀਤਾ ਇੰਡੀਆ ਨੇ ਔਰ ਇੰਡੀਆ ਨੂੰ ਸੀ ਕਿ ਬਈ ਚਾਹ ਬੁਹਾਰ ਜਿਹੜੀ ਹੈ ਉਸ ਦੇ ਨਾਲ ਅਫਗਾਨਿਸਤਾਨ ਦੇ ਨਾਲ ਹਾਲਾਂਕਿ ਬਹੁਤ ਲੰਬਾ ਪੈਂਦਾ ਐ ਐਕਸਪੈਂਸਿਵ ਹੈ ਲੇਕਿਨ ਇੰਡੀਆ ਦੇ ਕੋਲ ਆਲਟਰਨੇਟਰ ਆਊਟ ਆ ਗਿਆ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਇੱਕ ਪਾਸੇ ਮੋਦੀ ਔਰ ਇਹਨਾਂ ਦੇ ਰਜਿਮ ਨੇ ਇਹਦਾ ਬਸਤਾ ਚੁੱਕਿਆ ਹੋਇਆ ਹੈ 트ੰਪ ਦਾ ਜੀ ਕਿ ਬਈ ਉਹ ਇਰਾਨ ਨਾਲ ਕਿਵੇਂ ਡੀਲ ਕਰਨਗੇ ਔਰ ਉਸ ਤੋਂ ਪਹਿਲਾਂ ਵੀ ਜਦੋਂ ਸੈਂਕਸ਼ਨਸ ਚੱਲ ਵੀ ਰਹੀਆਂ ਸੀ इवन ਉਹਨਾਂ ਦੇ ਐਟੋਮਿਕ ਪ੍ਰੋਗਰਾਮ ਡਿਵੈਲਪ ਕਰਨ ਦੇ ਵਿੱਚ ਵੀ ਇੰਡੀਅਨ ਕੰਪਨੀਆਂ ਇਨਵੋਲਵ ਸੀ ਔਰ ਜਿਹੜੀਆਂ ਸੈਂਕਸ਼ਨਸ ਇੱਥੇ ਲੱਗੀਆਂ ਕੁਝ ਉਹਦੀ ਜ਼ਿਆਦਾ ਥੱਲੇ ਉਹ ਇੰਡੀਅਨ ਕੰਪਨੀਆਂ ਵੀ ਆਈਆਂ ਸੀ ਸੋ ਕੁੱਲ ਮਿਲਾ ਕੇ ਸਾਡੇ ਖਿੱਤੇ ਦੇ ਵਿੱਚ ਕਿਉਂਕਿ ਈਰਾਨ ਦੇ ਨਾਲ ਜੇ ਅਸੀਂ ਦੇਖੀਏ ਕਿ ਉਸ ਦਾ ਸਬੰਧ ਵੀ ਹੈ ਉਸ ਖਿੱਤੇ ਦਾ ਵੀ ਹੈ ਬਿਲਕੁਲ ਗੇਟਵੇ ਤੇ ਬੈਠਾ ਹੈ ਹਾਲਾਂ ਜਿਹੜੀ ਸਾਡੀਆਂ ਯਾਦਾਂ ਚ ਨਾਦਰ ਸ਼ਾ ਈਰਾਨ ਦਾ ਹਮਲਾ ਉਹ ਅਣਸੁਖਾਵੀ ਹੈ ਲੇਕਿਨ ਤੇਹਰਾਨ ਦੇ ਨਾਲ ਔਰ ਜਦੋਂ ਅਸੀਂ ਬਲਖ ਬੁਖਾਰੇ ਦੀ ਗੱਲ ਕਰਦੇ ਆਂ ਤਾਂ ਅਫਗਾਨਿਸਤਾਨ ਈਰਾਨ ਦੋਨੋਂ ਹੀ ਆ ਜਾਂਦੇ ਨੇ ਇੱਕ ਬਲਖ ਚ ਇੱਕ ਜਿਹੜਾ ਅਫਗਾਨਿਸਤਾਨ ਚ ਹੈ ਕਿਉਂਕਿ ਸੋ ਪੰਜਾਬੀ ਦੀ ਜਦੋਂ ਕਹਾਵਤ ਵੀ ਹੈ ਕਿ ਜੋ ਸੁਖ ਛੱਜੂ ਦੇ ਚਬਾਰੇ ਨਾ ਬਲਖ ਨਾ ਬੁਖਾਰੇ ਇਹ ਸੋ ਇੱਕ ਦਾ ਸੰਬੰਧ ਈਰਾਨ ਨਾਲ ਹੈ ਇੱਕ ਦਾ ਅਫਗਾਨਿਸਤਾਨ ਨਾਲ ਔਰ ਯੂਰਪੀਅਨ ਯੂਨੀਅਨ ਦੇ ਅਸੀਂ ਜਦੋਂ ਦੇਖਦੇ ਆਂ ਉਹਨਾਂ ਦੀ ਸਟੇ ਯੂਰਪੀਅਨ ਯੂਨੀਅਨ ਵਿਲ ਸਟੈਂਡ ਬਾਈ ਈਰਾਨ ਸੋ ਬਹੁਤ ਸਾਰੇ ਅਮਰੀਕਨਾਂ ਨੇ ਵੀ ਜਿਹੜਾ ਇਹਨਾਂ ਦੇ ਰਾਈਟਰ ਔਰ ਨੇ opinion ਪੋਲ ਕੀਤਾ ਹੈ ਹਰ ਤਿੰਨ ਅਮਰੀਕਨਸ ਚੋਂ ਇੱਕ ਜਿਹੜਾ ਕਹਿੰਦਾ ਕਿ ਵੀ ਇਹ ਠੀਕ ਹੈ ਤੇ ਦੋ ਕਹਿੰਦੇ ਨੇ ਗਲਤ ਦਾ ਮਤਲਬ ਆਲਮੋਸਟ 2/3 ਮੈਜੋਰਟੀ ਅਮਰੀਕਨਾਂ ਦੀ ਇਸ ਸਾਰੇ ਦੇ ਖਿਲਾਫ ਹੈ ਔਰ ਇਸ ਦਾ ਈਰਾਨ ਦੀ ਇਕਨੋਮੀ ਨੂੰ ਕਿਵੇਂ ਇਫੈਕਟ ਕਰੇਗਾ ਜਿਵੇਂ ਮੈਂ ਦੱਸਿਆ ਵੀ ਈਰਾਨ ਦਾ ਜਿਹੜੀ GDP ਵਧੀ ਸੀ ਇਸ ਪੀਰੀਅਡ ਔਰ ਜਿਹੜਾ ਅਮਰੀਕਾ ਦੇ ਨਾਲ ਜਾਂ ਇੰਟਰਨੈਸ਼ਨਲ ਟ੍ਰੇਡ ਹੈ ਈਰਾਨ ਤਿੰਨ ਚੀਜ਼ਾਂ ਇੱਕ ਤਾਂ ਆਇਲ ਉਹਨਾਂ ਦੀ ਵੱਡੀ ਆਮਦਨ ਹੈ ਦੂਸਰਾ ਪਿਸਤਾ ਪਿਸਤੇ ਦੀ ਟ੍ਰੇਡ ਵੀ ਹੈ ਤੀਸਰਾ ਕੇਸਰ ਸੋ ਉਹ ਤਾਂ ਜੇ ਯੂਰੋਪੀਅਨ ਯੂਨੀਅਨ ਦੇ ਨਾਲ ਡੀਲ ਰਹਿੰਦੀ ਹੈ ਔਰ ਚਾਈਨਾ ਔਰ ਰਸ਼ੀਆ ਔਰ ਜਿਹੜੀ ਡੀਲ ਹੈ ਹੋਈ ਸੀ ਉਹਦੇ ਥੱਲੇ ਜਿਹੜਾ ਐਨਰਿਚਡ ਯੂਰੇਨੀਅਮ ਸੀ ਈਰਾਨ ਦਾ ਉਹ ਰਸ਼ੀਆ ਦੇ ਕੋਲ ਉਹਨੇ ਰੱਖ ਦਿੱਤਾ ਸੀ ਔਰ 2030 ਤੱਕ ਸਲੋਲੀ ਸਲੋਲੀ ਉਹਨੇ ਆਪਣੇ ਬਾਕੀ ਪ੍ਰੋਗਰਾਮ ਵੀ ਜਿਹੜਾ ਐਨ ਰਿਚਡ ਯੂਰੇਨੀਅਮ ਐ ਉਹ 3 ਤੋਂ 4% ਤੱਕ ਜਿਹੜਾ ਐਨਰਜੀ ਨੀਡਸ ਲਈ ਚਾਹੀਦਾ ਉਹ ਹੀ ਸੀ ਬਾਕੀ ਜਿਹੜਾ ਐਟੋਮਿਕ ਹਥਿਆਰਾਂ ਲਈ ਐ ਉਹ ਬੰਦ ਸੀ ਔਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਈਰਾਨ ਨੇ ਇਸ ਡੀਲ ਨੂੰ ਬਿਲਕੁਲ ਉਸਤੇ ਪੈਰਾ ਦਿੱਤਾ ਔਰ ਇਹ ਇਕਤਰਫਾ ਜਿਹੜਾ ਪਾਰਟ ਐ ਇਸ ਨੂੰ ਤੋੜਨਾ ਇਹ ਸੈਡ ਹੈ ਕਿਉਂਕਿ ਇਸ ਦੇ ਨਾਲ ਟੈਂਸ਼ਨਸ ਵੀ ਵਧਣ ਗਈਆਂ ਔਰ ਮੈਂ ਸਮਝਦਾ ਹਾਂ ਵੀ ਈਰਾਨ ਜਿਵੇਂ ਇੱਕ ਡਿਵੈਲਪਡ ਸਿਵਲਾਈਜੇਸ਼ਨ ਹੈ 7-8 ਹਜ਼ਾਰ ਸਾਲ ਦੀ ਉਹਨਾਂ ਦੀ ਹਿਸਟਰੀ ਹੈ ਉਹਨਾਂ ਦੀ ਪਰਸ਼ੀਅਨ ਜ਼ਬਾਨ ਈਰਾਨ ਤੋਂ ਹੀ ਆਈ ਹੈ ਪਰ ਇਹਦਾ ਪਹਿਲਾ ਨਾਮ ਪਰਸ਼ੀਆ ਸੀ ਔਰ ਅਸੀਂ ਹਮੇਸ਼ਾ ਹੀ ਜਦੋਂ ਮੇਰਾ ਕਿਸੇ ਪਰਸ਼ੀਅਨ ਲੈਂਗੁਏਜ ਵਾਲੇ ਨਾਲ ਹੁੰਦਾ ਮੈਂ ਤਾਂ ਕਹਿੰਦਾ ਜੀ ਅਸੀਂ ਤਾਂ ਪਰਸ਼ੀਅਨ ਦੇ ਵਿੱਚ ਆਪਣੀ ਦੁਆ ਕਰਦੇ ਹਾਂ ਉਹ ਕਹਿੰਦੇ ਜੀ ਹਾਂ ਮੈਂ ਕਹਿੰਦਾ ਜੀ ਅਸੀਂ پڑھਦੇ ਹਾਂ ਜਦੋਂ ਗਨੀਮੁਲ ਸ਼ਿਕਸਤ ਹੈ ਗਰੀਬੁਲ ਪਰਸਤ ਹੈ ਬਲੰਦੁਲ ਮਕਾਨ ਹੈ ਜ਼ਮੀਨੁਲ ਜ਼ਮਾਨ ਹੈ ਤਮੀਜ਼ੁਲ ਤਮਾਮ ਹੈ ਰਜ਼ੂਅ ਨਿਧਾਨ ਹੈ ਹਰੀਫੁਲ ਅਜ਼ੀਮ ਹੈ ਰਜ਼ਾਇਕ ਯਕੀਨ ਹੈ ਉਹ ਕਹਿੰਦੇ ਜੀ ਸਾਡੇ ਲੋਕ ਛੱਡਦੇ ਜਾਂਦੇ ਨੇ ਮੈਂ ਕਹਾਂ ਜੀ ਸਾਡੇ ਗੁਰੂ ਸਾਹਿਬ ਅਰੰਦੀ ਦਸਵੇਂ ਪਾਤਸ਼ਾਹ ਦੀ ਜਪ ਸਾਹਿਬ ਦੀ ਬਾਣੀ ਹੈ ਔਰ ਗੁਰੂ ਸਾਹਿਬ ਸਾਡੇ ਬਹੁਤ ਵੱਡੇ ਸਕਾਲਰ ਵੀ ਸਨ ਪਰਸ਼ੀਅਨ ਦੇ ਔਰ ਔਰੰਗਜ਼ੇਬ ਨੂੰ ਉਹਨਾਂ ਨੇ ਜਿਹੜੀ ਚਿੱਠੀ ਲਿਖੀ ਜ਼ਫਰਨਾਮ ਉਹ ਪਰਸ਼ੀਅਨ ਦੇ ਵਿੱਚ ਸੀ ਸੋ ਅਸੀਂ ਜਦੋਂ ਦੇਖਦੇ ਹਾਂ ਪਰਸ਼ੀਨ ਔਰ ਸਿੱਖ ਰਾਜ ਵੇਲੇ ਰਣਜੀਤ ਸਿੰਘ ਦੇ ਪੀਰੀਅਡ ਪਰਸ਼ੀਅਨ ਕੋਰਟ ਲੈਂਗੁਏਜ ਸੀ ਔਰ कुल मिलाकर जितने खिलाड़ी मेरा वाह रहा है और खुले दिमाग वाले लोग ने और अमेरिका ਨਾਲ ਵੀ ਜਿਹੜਾ ਮੈਂ ਸਮਝਦਾ ਵੀ ਇਹ ਅਮਰੀਕਨ ਇੰਟਰਸਟ ਸੀ ਕਿ ਅਮਰੀਕਾ ਇਸ ਟੀਟੀ ਨਾਲ ਵੀ ਖੇਡਦਾ ਇੰਟਰਨੈਸ਼ਨਲੀ ਹੁਣ ਜੇ ਯੂਰਪੀਅਨ ਯੂਨੀਅਨ ਜਾਂ ਦੂਸਰੀਆਂ ਪਾਵਰਸ ਰਸ਼ੀਆ اور چائنا جی امریکہ ਦਾ ਸਾਥ ਛੱਡ کے ایران ਦੇ ਨਾਲ ਖੇਡੁੰਦੀਆਂ ਨੇ ਸੋ ਅਮਰੀਕਾ ਦਾ ਜਿਹੜਾ ਇੱਕ ਆਸ ਸੀ ਐਜ਼ ਅ ਸੁਪਰ ਪਾਵਰ ਅਸੀਂ ਅਮਰੀਕਾ 'ਚ ਰਹਿੰਦੇ ਆ ਅਮਰੀਕਾ ਦੇ ਖੈਰ ਖਵਾ ਹੈ ਬਿਸ਼ੱਕ ਇਹ ਵੀ ਅਮਰੀਕਾ ਦੀ ਬਿਊਟੀ ਹੈ ਕਿ ਅਸੀਂ ਅਮਰੀਕਾ 'ਚ ਬੈਠ ਕੇ ਅਮਰੀਕਾ ਦੀਆਂ ਨੀਤੀਆਂ ਜਾਂ ਉਹਨਾਂ ਦੇ ਪ੍ਰੈਜ਼ੀਡੈਂਟ ਦੀ ਨੀਤੀ ਨੂੰ ਵੀ ਚੈਲੰਜ ਕਰ ਸਕਦੇ ਹਾਂ ਇਹ ਸਾਡਾ ਹੱਕ ਹੈ ਔਰ ਇਹੀ ਕਾਰਨ ਹੈ ਕਿ ਜੇ 2/3 ਅਮਰੀਕਨਸ ਕਹਿੰਦੇ ਨੇ ਵੀ ਇਹ ਠੀਕ ਨਹੀਂ ਕੀਤਾ ਇਹ ਸਿਸਟਮ ਦੀ ਬਿਊਟੀ ਹੈ ਜਿਹੜੀ ਬਿਊਟੀ ਕੋਈ ਇਰਾਨ ਜਾਂ ਸਾਊਦੀ ਅਰੇਬੀਆ ਜਾਂ ਦੂਜਿਆਂ 'ਚ ਨਹੀਂ ਮਿਲ ਸਕਦੀ ਹੈ ਲੇਕਿਨ ਇਹਦੇ باوجود ਅਸੀਂ ਸਮਝਦੇ ਹਾਂ ਕਿ ਇਹ ਨਾ ਅਮਰੀਕਾ ਦੇ ਹਿੱਤ ਚ ਨਾ ਇੰਟਰਨੈਸ਼ਨਲ ਜਿਹੜੀ ਹਿਊਮਨ ਕਾਈਂਡ ਦੇ ਹਿੱਤ ਚ ਹੈ ਔਰ ਸਾਡੇ ਖਿੱਤੇ ਦੇ ਵਿੱਚ ਜੇ ਕੋਈ ਵੀ ਈਰਾਨ ਦੇ ਨਾਲ ਭਵਿੱਖ ਦੇ ਵਿੱਚ ਕੋਈ ਹੋਰ ਟਕਰਾਅ ਦੀ ਨੀਤੀ ਹੁੰਦੀ ਹੈ ਤੇ ਸਾਡਾ ਜਿਹੜਾ ਉਹ ਖਿੱਤਾ ਹੈ ਉਹ ਕੋਈ ਵੀ ਡਿਵੈਲਪਮੈਂਟ ਅਫਗਾਨਿਸਤਾਨ ਚ ਹੋਏ ਸਾਡੇ ਹਿੱਸੇ ਨੂੰ ਪ੍ਰਭਾਵਿਤ ਕਰਦੀ ਹੈ ਈਰਾਨ ਦੇ ਵਿੱਚ ਹੋਏ ਉਹ ਵੀ ਸਾਡੇ ਹਿੱਸੇ ਨੂੰ ਪ੍ਰਭਾਵਿਤ ਕਰਦੀ ਹੈ ਸੋ ਅਸੀਂ ਇਹ ਸਾਰੇ ਦੇ ਉੱਤੇ ਕੀ ਕਰ ਸਕਦੇ ਆ ਬੈਠ ਕੇ ਅਸੀਂ ਵਿਚਾਰ ਚਰਚਾ ਜ਼ਰੂਰ ਕੀਤੀ ਹੈ ਔਰ ਸਾਡਾ ਫਿਕਰ ਵੀ ਹੈ ਕਿਉਂਕਿ ਅਸੀਂ ਅਮਰੀਕਾ ਦੇ ਹਿੱਤ ਦੇ ਵਿੱਚ ਸੋਚਦੇ ਆਂ ਮਹਿਸੂਸ ਕਰਦੇ ਆਂ ਕਿ ਅਮਰੀਕਾ ਦਾ ਜਿਹੜਾ ਆ ਐਜ਼ ਅ ਸੁਪਰ ਪਾਵਰ ਸੀ ਔਰ ਜਦੋਂ ਛੋਟੇ ਛੋਟੇ ਦੇਸ਼ ਜਿਹੜੇ ਨੇ ਉਹ ਚੈਲੰਜ ਕਰ ਰਹੇ ਨੇ ਅਮਰੀਕਾ ਦੇ ਮਾਈਟ ਨੂੰ ਤੇ ਇਹ ਫਿਰ ਸਾਈਨਸ ਹੁੰਦੇ ਨੇ ਜਿਵੇਂ ਇੱਕ ਸ਼ਾਇਦ ਸ਼ੈਕਸਪੀਅਰ ਦਾ ਹੀ ਕੋਟ ਹੈ ਕਿ ਮੈਜੈਸਟੀ ਫਲੀਸ ਦਾ ਡਾਈਇੰਗ ਕਿੰਗ ਜੇ ਜਦੋਂ ਬਾਦਸ਼ਾਹ ਮਰ ਰਿਹਾ ਹੁੰਦਾ ਹੈ ਫਿਰ ਉਹਦਾ ਕੋ ਹੁਕਮ ਨਹੀਂ ਉਹਦੇ ਜਿਹੜੀ ਇੱਕ ਮੈਜੈਸਟੀ ਹੁੰਦੀ ਆ ਹਿਸ ਮੈਜੈਸਟੀ ਮੈਜੈਸਟੀ ਫਲੀਸ ਦਾ ਡਾਈਿੰਗ ਕਿੰਗ ਸੋ ਇਹ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਲੱਛਣ ਨੇ ਆਈ ਹੋਪ ਕਿ ਇਹ ਡਾਈਿੰਗ ਕਿੰਗ ਦੇ ਲੱਛਣ ਨਾ ਬਣ ਜਾਣ ਕਿ ਅਲਟੀਮੇਟਲੀ ਜਿਹੜੀ ਸੁਪਰ ਪਾਵਰ ਵਾਲੀ ਗੱਲ ਹੈ ਉਹ ਰੋਡ ਹੁੰਦਿਆਂ ਹੁੰਦਿਆਂ ਫਿਰ ਇੱਕ ਸਧਾਰਨ ਵਾਂਗੀ ਅਮਰੀਕਾ ਜਿਹੜਾ ਉਹ ਮੁਲਕ ਬਣ ਜਾਏ ਸੋ ਇਹ ਸਾਡਾ ਅੱਜ ਦਾ ਮੁੱਖ ਵਿਸ਼ਾ ਹੈ ਜੀ ਦਾ ਸਾ ਜੀ ਦਾ ਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਥੇ ਲੈ ਲੈਂ ਆ ਬ੍ਰੇਕ ਬ੍ਰੇਕ ਤੋਂ ਪਹਿਲਾਂ ਸੀ ਆਪਣੇ ਦਸ਼ਕਾ ਦੇ ਸੁਰੋਤੇਾਨ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵੀਰ ਸਜਸਰਾ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਐਸਾ ਚੈਨਲ ਹੈ ਜਿਹੜਾ ਕਿ ਮਨੁੱਖੀ ਹੱਕਾਂ ਦਾ ਪੈਰਿਧਾਰ ਹੈ ਟੀਵੀ 84 ਸਿੱਖਾਂ ਕਸ਼ਮੀਰੀਆਂ ਅਤੇ ਅਤੇ ਨਾਰਥ-ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਛੜਦੀ ਕਲਾ ਲਈ ਫਤਵਾ ਦਾਨੇਡ ਕਰੋ ਦਾਨੇਡ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਫਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਤਰੀ ਜਨੇਟ ਵੀ ਕਰ ਸਕਦੇ ਹੋ to city 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137th avenue longland city new york 11101 usa ਜਾਂ ਫਿਰ ਤੁਸੀਂ ਸਾਨੂੰ ਫੋਨ ਵੀ ਸੰਪਰਕ ਕਰ ਸਕਦੇ ਹੋ 5164060694 थैंक यू सो मच ਤੁਸੀਂ ਅਸਰਾ ਮਰੇਨਾ ਮਿਲਦੇ ਆ ਛੋਟੇ ਜੇ ਦੇਖ ਦੂ